वाहेगुरु जी का खालसा, खालसा वाहेगुरु वाहगुरु जी जी की की फतेह जी। फतेह। प्रोग्राम आमने सामने दे विच एक बार फिर अरदास रघुवीर सिंह सिख चैनल 840 दे उपर आप दे लई एक बारी फिर संत महापुरख संत बाबा बलजीत सिंह जी दादू साहिब वाले जिहड़े कुछ दिनों वास्ते इंग्लैंड की धरती ते आए सन उहदे संबंध दे विच उहनां दा लाहा लैण वास्ते उहनां दे विचार सरवण करन वास्ते ते संगतां दी जोरदार मंग ते एक प्रोग्राम अज फिर दे रहे हाँ। ते असी बाबा जी नूं चैनल ते आउण लई जीआं कहिंदे हाँ। वाहिगुरु जी का वाहेगुरु जी खालसा, का खालसा वाहिगुरु जी वाहेगुरु जी की की फतेह। फतेह जी। बाबा जी एक दिन पहलां आपां प्रोग्राम दित्ता सीगा ते उदों भी संगतां दी बहुत डिमांड रहि गई सी, कईआं ने बाद च वी टैलीफोन आए आ गल्लां बातां कीतियां ते ये विचार उभर के आ रहा कि जिहड़ा गुरद्वारा ज्ञान गोदड़ी जिहड़े संबंध दे विच धर्म युद्ध मोर्चा शुरू किया गया वे लोगों नूं जानकारी है ही नहीं सी, बिल्कुल पता ही नहीं सीगा। वह जिमें जिमें पता लग रहा जिमें सिख चैनल ने उहदे विच मतलब अपना बडमुला योगदान पाया ते तुसीं भी जदों देखिया बई हाँ इहदे लई अगे आउणा बहुत जरूरी आ ते जिवें कल दी मीटिंग आ इहदे संबंध दे विच आपां इत्थों ही गल शुरू करदे हां कि अगले प्रोग्राम आपां किवें इहनूं मतलब मोर्चे नूं नेपरे चाहण लई तुहाडे की प्रोग्राम। देखो सब तो पहला तां दास यही बेनती करनी चाहुंदा कि गुरद्वारा ज्ञान गोदड़ी साहब की आज़ादी लई जो धर्म युद्ध मोर्चा लग्या होया उहदे वास्ते बड़ियां खुल्लियां विचारां संगतां दे नाल पहलां भी सांझियां होईयां। कुछ दिन पहलां जिहड़ी इत्थों विचार एक दो दिन पहलां होई आ उह वी संगतां नाल विचार सांझी होई तां जो कुछ होया उह तां संगतां दे सामणे आ, संगतां ने सिख चैनल राहीं देखिया मीडिया राहीं सुणिया इंडिया ਦੀ ਵਿੱਚ ਸਭ ਦੀਆਂ ਅਖਬਾਰਾਂ ਜਿਹੜੀਆਂ ਪੰਜਾਬੀ ਪੰਜਾਬ ਵਿੱਚ ਉਹਨਾਂ ਦੇ ਵਿੱਚ ਜਿੰਨੀਆਂ ਕੁ ਖਬਰਾਂ ਛਪੀਆਂ ਭਾਵੇਂ ਕਿ ਬਹੁਤੀ ਵੱਡੀ ਪੱਧਰ 'ਤੇ ਨਹੀਂ ਛਪ ਸਕੀਆਂ, ਜਿਹੜਾ ਬਕਾਇਦਾ ਉਹਨਾਂ ਨੂੰ ਪੇਡ ਇਸ਼ਤਿਹਾਰ ਦੇ ਕੇ ਇਸ ਤਰ੍ਹਾਂ ਛਪਵਾਇਆ ਗਿਆ ਉਹ ਤਾਂ ਛਪਿਆ, ਹਾਂਜੀ ਜਿਹੜੇ ਇਸ਼ਤਿਹਾਰ ਵਗੈਰਾ ਸਮਾਗਮਾਂ ਦੇ ਦਿੱਤੇ ਗਏ ਪਰ ਖਬਰਾਂ ਜਿਹੜੀਆਂ ਸੀ ਉਹ ਬਹੁਤੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਕਿਉਂਕਿ ਮੀਡੀਆ 'ਤੇ ਵੀ ਸਰਕਾਰ ਦਾ ਪ੍ਰਭਾਵ ਆ ਠੀਕ ਅਤੇ ਜਿਹੜੀ ਪੰਜਾਬ ਵਿੱਚ ਗੌਰਮੈਂਟ ਸੀ ਉਹ ਬੀਜੇਪੀ ਅਤੇ ਅਕਾਲੀ ਦਲ ਦੀ ਸਾਂਝੀ ਗੌਰਮੈਂਟ ਸੀ ਅਤੇ ਉਹ ਕੋਈ ਵੀ ਐਸੀ ਖਬਰ ਨਹੀਂ ਸੀ ਮੀਡੀਆ 'ਚ ਪ੍ਰਕਾਸ਼ਿਤ ਹੋਣ ਦੇਣੀ ਚਾਹੁੰਦੇ ਜਿਹੜੀ ਸੰਗਤਾਂ ਨੂੰ ਜਾਗਰੂਕ ਕਰੇ ਅਤੇ ਉਹਨਾਂ ਦੀ ਸਰਕਾਰ ਦੇ ਖਿਲਾਫ ਭੁਗਤੇ। ਪਰ ਫਿਰ ਵੀ ਜਿੰਨਾ ਕੁ ਸੰਗਤਾਂ ਨੂੰ ਜੋ ਹੋਇਆ ਬੀਤਿਆ ਉਹ ਤਾਂ ਪਤਾ ਲੱਗਿਆ ਹੀ ਆ। ਹੁਣ ਅਗਾਂਹ ਜਿਹੜਾ ਸੰਘਰਸ਼ ਆ ਉਹ ਚੱਲ ਰਿਹਾ, ਜਿਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜੋ ਕਿ ਸਾਡੇ ਸਿਰਮੌਰ ਤਖ਼ਤ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਕਿ ਤੁਸੀਂ ਜਿਹੜਾ ਹੈ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਓ, ਐਸ ਜੀ ਪੀ ਸੀ ਨੂੰ, ਪੰਥਕ ਜਥੇਬੰਦੀਆਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਬਕਾਇਦਾ ਸੰਦੇਸ਼ ਦਿਓ ਔਰ ਖੁਦ ਕਾਰ ਸੇਵਾ ਦੀ ਡੇਟ ਜਿਹੜੀ ਆ ਉੱਥੇ ਦੀ ਅਨਾਊਂਸ ਕਰੋ ਅਤੇ ਅਸੀਂ ਉੱਥੇ ਕਾਰ ਸੇਵਾ ਕਰਨ ਜਾਵਾਂਗੇ। ਉਹਦੇ ਸੰਬੰਧ ਵਿੱਚ ਜਿਹੜੀ ਕੱਲ੍ਹ ਦੀ ਮੀਟਿੰਗ ਰੱਖੀ ਆ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਵਿਖੇ, ਉਹ ਸਪੈਸ਼ਲ ਇਸੇ ਵਾਸਤੇ ਕਿ ਜਿਹੜੀਆਂ ਇੱਥੇ ਪੰਥਕ ਜਥੇਬੰਦੀਆਂ ਨੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵਿੱਚ ਬੜੇ ਬੜੇ ਸਿਆਣੇ ਸੂਝਵਾਨ ਗੁਰਮੁਖ ਆ, ਉਹ ਇਸ ਧਰਮ ਯੁੱਧ ਮੋਰਚੇ ਨੂੰ ਅਗਾਂਹ ਵਧੀਆ ਤਰੀਕੇ ਨਾਲ ਚਲਾਉਣ ਲਈ ਵਿਚਾਰ ਦੇ ਸਕਦੇ ਆ ਔਰ ਉਹਨਾਂ ਦੀ ਸਪੋਰਟ ਦੀ ਲੋੜ ਆ, ਉਹ ਉੱਥੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਬੇਨਤੀ ਪੱਤਰ ਲਿਖਣ ਕਿ ਇਸ ਮੁੱਦੇ ਦੇ ਉੱਤੇ ਅਕਾਲ ਤਖ਼ਤ ਸਾਹਿਬ ਆਪਣਾ ਜਿਹੜਾ ਹੈ ਜਥੇਦਾਰ ਸਾਹਿਬਾਨ ਉਹ ਆਪਣਾ ਫਰਜ਼ ਨਿਭਾਉਣ। ਤੋ ਇਸ ਤਰ੍ਹਾਂ ਦੀ ਜਿਹੜੀ ਮੂਵਮੈਂਟ ਆ ਜਿਵੇਂ ਸਾਡੀ ਚੱਲ ਰਹੀ ਆ, ਵਿਦੇਸ਼ਾਂ ਦੀ ਸੰਗਤ ਜਾਗਰੂਕ ਹੋ ਚੁੱਕੀ ਆ ਬਹੁਤ ਸਿੱਖ ਚੈਨਲ ਦੇ ਰਾਹੀਂ, ਪਰ ਇੰਡੀਆ ਦੇ ਅੰਦਰ ਅਜੇ ਥੋੜੀ ਕਮੀ ਹੈਗੀ ਆ ਜੋ ਦਾਸ ਦੇਖਦਾ। ਪੰਜਾਬ ਦੇ ਅੰਦਰ ਵਿਦੇਸ਼ਾਂ ਤੋਂ ਫੋਨ ਜਾਂਦੇ ਆ ਕਿ ਇੱਧਰ ਤਾਂ ਸਾਨੂੰ ਸਭ ਨੂੰ ਪਤਾ, ਜਦੋਂ ਉੱਧਰ ਪੁੱਛਦੇ ਆ ਤਾਂ ਉੱਧਰ ਉਹ ਸਾਡੇ ਪਰਿਵਾਰ ਕਹਿ ਦਿੰਦੇ ਆ ਵੀ ਸਾਨੂੰ ਬਹੁਤੀ ਜਾਣਕਾਰੀ ਨਹੀਂ, ਹਾਂ ਮਾੜਾ ਮੋਟਾ ਜ਼ਰੂਰ ਪੜਿਆ। ਤੋ ਉਹਦੇ ਵਾਸਤੇ ਮੈਂ ਸੋਚ ਰਿਹਾ ਵੀ ਜੇਕਰ ਜਥੇਦਾਰ ਅਕਾਲ ਤਖ਼ਤ ਸਾਹਿਬ ਡੇਟ ਅਨਾਊਂਸ ਕਰਦੇ ਆ ਉੱਥੇ ਕਾਰ ਸੇਵਾ ਦੀ, ਅਤੇ ਉਹਦੇ ਲਈ ਅਸੀਂ ਪੰਜਾਬ ਦੇ ਵਿੱਚ ਕੋਈ ਵੱਡੇ ਮਾਰਚ ਕੱਢ ਕੇ ਨਾ ਮਾਝਾ ਮਾਲਵਾ ਦੁਆਬਾ 3 ਜ਼ੋਨ ਬਣਾ ਕੇ ਤਾਂ ਪੂਰੇ ਪੰਜਾਬ ਦੇ ਵਿੱਚ ਸੰਗਤਾਂ ਨੂੰ ਜਿਹੜਾ ਜਾਗਰੂਕ ਕਰਕੇ, ਕਿਉਂਕਿ ਉੱਥੇ ਜਦੋਂ ਕਾਰ ਸੇਵਾ ਆਰੰਭਣੀ ਤਾਂ ਹਜ਼ਾਰਾਂ ਸਿੱਖ ਜਿਵੇਂ ਦਿੱਲੀ 'ਚ ਹਜ਼ਾਰਾਂ ਸਿੱਖ ਪਹੁੰਚੇ ਸੀ ਇਸੇ ਤਰ੍ਹਾਂ ਹਜ਼ਾਰਾਂ ਸਿੱਖ, ਕਿਉਂਕਿ ਜਿਹੜੀਆਂ ਸਰਕਾਰਾਂ ਨੇ ਨਾ ਉਹ ਸਿਰਾਂ ਦੀ ਗਿਣਤੀ ਕਰਦੀਆਂ ਕਿ ਕਿੰਨੇ ਕੁ ਸਿਰ ਆਏ ਕਿੰਨੇ ਕੁ ਲੋਕ ਆਏ ਆ। ਜਿਵੇਂ ਅਕਾਲ ਤਖ਼ਤ ਸਾਹਿਬ ਦਾ ਜਾਂ ਮੌਜੂਦਾ ਸਮੇਂ ਦੇ ਵਿੱਚ ਆਪਾਂ ਭਾਜਪਾ ਅਕਾਲੀ ਸਰਕਾਰ ਦੀ ਵੀ ਗੱਲ ਕਰ ਲਈਏ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਰੋਲ ਰਿਹਾ, ਚਲੋ ਬਹੁਤ ਚੰਗੇ ਕੰਮ ਵੀ ਕਰਦੇ ਹੋਣਗੇ, ਅਸੀਂ ਇਹ ਨਹੀਂ ਕਹਿੰਦੇ ਨਹੀਂ ਕਰਦੇ ਹੋਣਗੇ, ਅਤੇ ਕਈ ਵਾਰੀ ਰੋਲ ਇਹੋ ਜਿਹਾ ਰਿਹਾ ਕਿ ਉਹ ਮਸਲੇ ਨੂੰ ਲਮਲੇਟ ਕਰ ਦਿੰਦੇ ਆ, ਲੰਮਾ ਪਾਉਂਦੇ ਆ, ਅਤੇ ਜੇ 20 ਤਰੀਕ ਤੱਕ ਉਹਨੇ ਕੋਈ ਫੈਸਲਾ ਨਾ ਲਿਆ ਤਾਂ ਫਿਰ ਆਪਣਾ ਕੀ ਪ੍ਰੋਗਰਾਮ ਹੋਊ। ਦੇਖੋ ਪਹਿਲੀ ਗੱਲ ਤਾਂ ਇਹ ਆ ਨਾ ਕਿ ਸਾਨੂੰ ਆਸ਼ਵੰਦ ਰਹਿਣਾ ਚਾਹੀਦਾ, ਠੀਕ ਹੈ,
कि असी जेडे मसले लिए गए हाँ हाँ कल नू जथेदार साहब भी सानू ये नहीं कह सकते कि तुसी खुद प्रोग्राम कोई उलीक लिया सानू नहीं पुछया सानू नहीं दसिया ते सानू भी देशां प्रदेशां च वसदी संगत चों कोई नहीं कह सकता ठीक है कि तुसी खुद प्रोग्राम उलीक रहे हो ते जथेदार साहब नू नहीं अकाल तख्त साहब नू नहीं दसिया एस जी पी सी नू नहीं दसिया असी मतलब सारिया जिम्मेवारियां नू नालों नाल निभाउंदे होए कि जो साडे फर्ज बनदे आ कौम दे आगुआं नू जथेदारां नू धार्मिक अहुदेदारां नू नालों नाल बेनतियां करदे जा रहे हैं जेकर उह नहीं कोई ऐसी गल पहली गल तां इही आ कि असीं आसवंद आ ठीक है जेकर उह 20 तरीक तक कोई फैसला नहीं हुंदा तां संगतां दे सलाह नाल तां ही आ गुरद्वारा कमेटियां पंथक जथेबंदियां नाल मीटिंगां कर रहे हां इंडिया दे विच वी पंजाब च जिन्नियां वी पंथक जथेबंदियां सारी संगत दी सलाह दे नाल ही अगली जिहड़ी कारवाई आ ना अगली रणनीति उह संगत दी सलाह दे नाल क्योंकि गुरु ग्रंथ साहिब दा आशीर्वाद ते संगत दी अगवाई संगत दे सहयोग दे नाल ही सारा संघर्ष चल रहा ते उन्हां दी सलाह नाल ही अगले स्टैप पुट्टे जाने आ। ते मैनू ये भी पता लगा ही वो शायद जिदा तुसी कल प्रोग्राम लिस्ट दे विच जिक्र भी कीता कि वह इन्नी क जगह देने नू तैयार सी जी तुसी इत्थे पत्थर ला लो ते ये मतलब किनू उन्होंने यह गल कही है जां सरकार ने जां किने यह गल ये मतलब गल जचदी है कि इहदे बारे की कहना चाहुंदे। देखो पहली गल तो यह ना कि सरकार जिहड़ी उत्थों दी जदों हुण दबाव बनिया वा साडे नाल गल करन लई तां उह नहीं अजे तक तैयार बीजेपी की हुकूमत चाहे वह सेंटर च सी चाहे उत्तराखंड च सी साडे नाल तां अजे तक उन्होंने कोई राबता कायम नहीं किया पर जिहड़े उत्थों दे सिख हरिद्वार च रहण वाले जिहड़ी कमेटी बनी जिहड़ी एक कमेटी बनी कल जिक्र कुछ दिन पहला जिक्र किया सी जां कल गुरु तेग बहादुर गुरुद्वारे लैस्टर जी का जिक्र किया सी कथा दौरान तां उन्हां दे नाल राबता जिहड़ा उह सरकार कायम करदी आ कुछ बिजनेसमैन सिख ने जिन्हां दा बहुत वड्डा बिजनेस आ उत्थे हरिद्वार च एजेंसियां ने उन्हां दीआं मोटर कारां ट्रैक्टरां दीआं उन्हां नूं उह अपने प्रभाव थले लिया के सरकार कि तुहाडे इत्थे कारोबार आ बिजनेस आ तुसी साडा जिस तरह भी हैगा सॉर्ट आउट कराओ इस गल नूं तुसी पासे नूं मन जाओ उन्हां सिखां ते दबाव बणाउंदे आ उन्हां नूं नाल लैंदे ते कुछ कु हुंदे वी आ पार्टियां दे नाल जुड़े होए उन्हां लोकां नूं वरत के उह चाहुंदे आ कि इत्थे तुसी निशान साहिब ला लो इक पत्थर लगा लो ते गुरद्वारा जिहड़ा उह पासे जगह च बना लो ਤਾਂ ਕਿ ਜਿਨ੍ਹਾਂ ਨੇ ਜਾਂ ਨਾ ਤਾਂ ਗੁਰਦੁਆਰੇ ਤੇ ਉਹ ਪੱਥਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਸਕਦੇ ਆ ਤੇ ਨਾ ਹੀ ਉੱਥੇ ਲੰਗਰ ਚੱਲ ਸਕਦਾ ਤੇ ਗੁਰੂ ਘਰ ਦਾ ਮਤਲਬ ਜਿੱਥੇ ਪੂਰੀ ਗੁਰਮਰਯਾਦਾ ਹੋਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਔਰ ਇਸੇ ਤਰ੍ਹਾਂ ਲੰਗਰ ਚੱਲਣ ਵੀ ਇਹ ਚੀਜ਼ ਜਿਹੜੀ ਜਿਹੜੀ ਜਗ੍ਹਾ ਸੀ ਗੁਰਦੁਆਰੇ ਦੀ ਅਸੀਂ ਉਹ ਚਾਹੁੰਦੇ ਹਾਂ ਤੇ ਉਸੇ ਜਗ੍ਹਾ ਦੇ ਉੱਤੇ ਚਾਹੁੰਦੇ ਹਾਂ ਇਸ ਕਰਕੇ ਸਰਕਾਰ ਉਹਨਾਂ ਸਿੱਖਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ ਸਾਡੇ ਨਾਲ ਅਜੇ ਤੱਕ ਕੋਈ ਰਾਬਤਾ ਨਹੀਂ ਕਾਇਮ ਕੀਤਾ ਜਿੱਦਾਂ ਤੁਹਾਨੂੰ ਵੀ ਪਤਾ ਕਿ ਜਿੱਦਾਂ ਆਪਾਂ ਪੂਰੇ ਵਰਲਡ ਨੂੰ ਇਕੱਠਾ ਕਰਨਾ ਹੋਵੇ ਸਿੱਖਾਂ ਨੂੰ ਨਹੀਂ ਹੋ ਸਕਦੇ ਤੇ ਪਰ ਜਿਸ ਹਿਸਾਬ ਨਾਲ ਪ੍ਰਚਾਰ ਸ਼ੁਰੂ ਕੀਤਾ ਮੈਂ ਇੱਕ ਪਟੀਸ਼ਨ ਵੀ ਪੜ੍ਹੀ ਆ ਤੁਹਾਡੀ ਆਪਣੇ ਜਿਹੜਾ ਤੁਸੀਂ ਇੰਟਰਨੈਟ ਤੇ ਪਾਈ ਹੋਈ ਆ ਪੰਥਕ ਸੇਵਾ ਲਹਿਰ ਬਾਰੇ ਉਹਦੇ ਬਾਰੇ ਮਤਲਬ ਪਟੀਸ਼ਨ ਕਿਉਂ ਪਾਈ ਆ ਤੁਸੀਂ ਹਾਂ ਇੱਕ ਜਿਹੜੀ ਵੱਡੀ ਗੱਲ ਹੈ ਨਾ ਲੋਕ ਰਾਏ ਬਣਾਉਣ ਵਾਸਤੇ ਹਾਂ ਜਿਹੜੀ ਇਹ ਪਟੀਸ਼ਨ ਆ ਪੰਥਕ ਸੇਵਾ ਲਹਿਰ ਵੱਲੋਂ ਕਿਉਂਕਿ ਪੰਥਕ ਸੇਵਾ ਲਹਿਰ ਦੇ ਬੈਨਰ ਹੇਠ ਹੀ ਇਹ ਧਰਮ ਯੁੱਧ ਮੋਰਚਾ ਆਰੰਭਿਆ ਗਿਆ ਠੀਕ ਹੈ ਤੇ ਪੰਥਕ ਸੇਵਾ ਲਹਿਰ ਵੱਲੋਂ ਇੱਕ ਪਟੀਸ਼ਨ ਪਾਈ ਗਈ ਆ ਸਮੂਹ ਸੰਗਤਾਂ ਦੇ ਦਸਖਤ ਵਾਸਤੇ ਉਹ dadusahib.com ਜਿਹੜੀ ਸਾਡੀ ਵੈਬਸਾਈਟ ਆ ਉਹਦੇ ਉੱਤੇ ਉਹਦਾ ਜ਼ਿਕਰ ਆ ਬਾਕਾਇਦਾ ਜਿਹੜੇ ਫੋਨ ਨੰਬਰ ਨੇ ਉਹਨਾਂ ਤੇ ਫੋਨ ਕਰਕੇ ਜਾਂ ਈਮੇਲ ਕਰਕੇ ਸੰਗਤ ਉਹਦੇ ਜਾਣਕਾਰੀ ਲੈ ਸਕਦੀ ਆ ਤੇ ਦੁਨੀਆ 'ਚ ਵੱਸਦੇ ਸਿੱਖ ਜਿਹੜੇ ਆ ਉਸ ਪਟੀਸ਼ਨ ਦੇ ਉੱਤੇ ਦਸਖਤ ਕਰਨ ਫਿਰ ਉਹ ਜਿਹੜੀ ਪਟੀਸ਼ਨ ਆ ਉਹ ਆਪਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਆਪਾਂ ਜਿਹੜੇ ਲੱਖਾਂ ਸੰਗਤਾਂ ਦੇ ਅਸੀਂ 1 ਲੱਖ ਦਾ ਟੀਚਾ ਮੰਨਿਆ ਕਿ 1 ਲੱਖ ਦਸਖਤ ਪਰ ਅਸੀਂ ਵੇਖਦੇ ਹਾਂ ਕਿ ਲੱਖਾਂ ਦੀ ਤਾਦਾਦ 'ਚ ਦਸਖਤ ਹੋਣਗੇ ਤਾਂ ਉਹ ਫਿਰ ਅਸੀਂ ਸਰਕਾਰ ਨੂੰ ਦਿਖਾ ਸਕਦੇ ਹਾਂ ਕਿ ਲੱਖਾਂ ਸਿੱਖ ਚਾਹੁੰਦੇ ਆ ਠੀਕ ਹੈ ਕਿ ਆ ਦੇਖੋ ਪਟੀਸ਼ਨ ਤੇ ਦਸਖਤ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਉਸਾਰੀ ਚਾਹੀਦੀ ਆ ਤੇ ਇਸ ਵਾਸਤੇ ਉਹ ਜਿਹੜੀ ਪਟੀਸ਼ਨ ਆ ਉਹ ਪਾਈ ਗਈ ਆ ਉਹਦਾ ਬਕਾਇਦਾ ਸਿੱਖ ਚੈਨਲ ਦੇ ਉੱਤੇ ਵੀ ਡਾਟਾ ਦੇਵਾਂਗੇ ਤੁਸੀਂ ਜਿੱਦਾਂ ਬਾਕੀ ਚਲੋ ਜਿਹੜਾ ਰਣਨੀਤੀ ਜਾਂ ਪ੍ਰੋਗਰਾਮ ਕੱਲ੍ਹ ਨੂੰ ਮੀਟਿੰਗ ਦੇ ਵਿੱਚ ਸਪਸ਼ਟ ਕਰੋਗੇ ਪਰ ਮੈਂ ਸੰਗਤਾਂ ਦੀ ਜਾਣਕਾਰੀ ਲਈ ਪੁੱਛਣਾ ਚਾਹੁੰਦਾ ਹਾਂ ਕਿ ਜਿਵੇਂ ਆਮ ਪੂਰੀ ਦੁਨੀਆ 'ਚ ਸਿੱਖ ਬੈਠਾ ਆ ਉਹ ਪਟੀਸ਼ਨ ਰਾਹੀਂ ਜਾਂ ਕਿਹੜੇ ਕਿਹੜੇ ਤਰੀਕੇ ਆ ਜਿਨ੍ਹਾਂ ਦੇ ਰਾਹੀਂ ਇਹ ਧਰਮ ਯੁੱਧ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਪਟੀਸ਼ਨ ਆ ਇਹਦੇ ਵਿੱਚ ਦਸਖਤ ਕਰਕੇ ਆਪਣਾ ਯੋਗਦਾਨ ਪਾ ਸਕਦਾ ਇਹ ਸੰਘਰਸ਼ ਆ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਤਨ ਮਨ ਧਨ ਦਾ ਸਹਿਯੋਗ ਸੰਗਤਾਂ ਦਾ ਸ਼ੁਭ ਵਿਚਾਰ ਸਾਨੂੰ ਈਮੇਲ ਸਾਡੇ ਸਿੱਖ ਚੈਨਲ ਤੇ ਆ ਸਾਡੀ ਵੈਬਸਾਈਟ ਤੇ ਆ ਫੋਨ ਨੰਬਰ ਆ
ठीक है सानू ईमेलां राही अपने सुझाव दे सकते बहुत सिखां दे सुझाव आए भी है बहुत फोन सानू बहुत ज्यादा समागमां तो जदों वेल मिलदा नितनेम तो तां उदों फोन ही सुणदे आ संगतां दे दुनिया दे कोने कोने चो फोन आउंदे आ सुझाव आउंदे आ ठीक है ना इस तरीके नाल संगतां दा सहयोग भी आउंदा क्योंकि इहदे विच संगतां जिहड़ियां ने उह अपना तन मन धन दा हिस्सा जिहड़ा दसवंद आ उह योगदान पा रहियां क्योंकि इहनां संघर्षां ते लखां रुपया खर्च आ रहा ਤੇ ਉਹਦੇ ਵਾਸਤੇ ਵੀ ਸੰਗਤ ਜਿਹੜੀ ਆ ਉਹ ਸਹਿਯੋਗ ਕਰ ਰਹੀ ਆ ਸਿੱਖ ਚੈਨਲ ਦੇ ਉੱਤੇ ਅਕਾਊਂਟ ਨੰਬਰ ਵੀ ਦਿੱਤਾ ਵੈਸੇ ਵੀ ਇੰਡੀਆ ਫੋਨ ਕਰਕੇ ਵੈਸਟਰਨ ਯੂਨੀਅਨ ਰਾਹੀਂ ਜਾਂ ਮਨੀਗ੍ਰਾਮ ਰਾਹੀਂ ਪੂਰੇ ਯੂਰਪ ਦੇ ਵਿੱਚੋਂ ਅਰਬ ਕੰਟਰੀਆਂ ਦੇ ਵਿੱਚੋਂ ਵੀ ਸੰਗਤ ਜਿਹੜੀ ਆ ਸਹਿਯੋਗ ਕਰ ਰਹੀ ਆ ਤੇ ਇਸ ਤਰੀਕੇ ਨਾਲ ਸੰਗਤ ਜਿਹੜੀ ਸ਼ੁਭ ਵਿਚਾਰ ਦੇ ਕੇ ਆਪਣੇ ਖਿਆਲਾਤ ਦੇ ਕੇ ਕਿ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਮੋਰਚੇ ਨੂੰ ਰੂਪਰੇਖਾ ਦੇਣੀ ਆ ਤੇ ਬਹੁਤ ਸਾਰੇ ਸ਼ੁਭ ਵਿਚਾਰ ਜਿਹੜੇ ਸੰਗਤਾਂ ਦੇ ਸਿਆਣੇ ਗੁਰਮੁਖਾਂ ਦੇ ਉਹ ਸਾਡਾ ਮਾਰਗਦਰਸ਼ਨ ਵੀ ਕਰਦੇ ਆ ਤੇ ਇਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਯੋਗਦਾਨ ਆ ਇਹ ਸੰਘਰਸ਼ ਦੇ ਵਿੱਚ ਪੈ ਰਿਹਾ ਕਈ ਵਾਰੀ ਜਿੱਦਾਂ ਚਲੋ ਅਸੀਂ ਮਤਲਬ ਪੰਥਕ ਸੇਵਾਵਾਂ ਨਾਲ ਸੰਬੰਧਿਤ ਹੋਣ ਕਰਕੇ ਜਾਂ ਪਿਛਲੇ ਇੰਨੇ ਸਾਲਾਂ ਤੋਂ ਤੁਹਾਡੇ ਨਾਲ ਸੇਵਾ ਦਾਸ ਨੂੰ ਸਿੱਧੇ ਫੋਨ ਵੀ ਆਉਂਦੇ ਆ ਕਿ ਬਾਬਾ ਜੀ ਸਿਰਫ ਕਈ ਵਾਰੀ ਇੱਕ ਪਾਰਟੀ ਭਾਜਪਾ ਦਾ ਹੀ ਵਿਰੋਧ ਕਰੀ ਜਾਂਦੇ ਆ ਕਾਂਗਰਸ ਦਾ ਵਿਰੋਧ ਨਹੀਂ ਕਰਦੇ ਇਹਦੇ ਬਾਰੇ ਕੀ ਕਹੋਗੇ ਪਹਿਲੀ ਗੱਲ ਤੇ ਆ ਕਿ ਉਹ ਕੁਝ ਕੁ ਐਸੇ ਵੀਰ ਹੋਣਗੇ ਜਿਨ੍ਹਾਂ ਨੇ ਦਾਸ ਨੂੰ ਸੁਣਿਆ ਨਹੀਂ ਆ ਠੀਕ ਹੈ ਪਿਛਲੇ 15 ਸਾਲ ਤੋਂ ਜਿਹੜਾ ਸੰਘਰਸ਼ ਆਰੰਭਿਆ ਹੋਇਆ ਤਕਰੀਬਨ ਹੁਣ ਤਾਂ ਟੀ ਸੀਰੀਜ਼ ਕੰਪਨੀ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਆ ਰਿਕਾਰਡਿੰਗ ਉਹਦੇ 'ਚ ਬਹੁਤ ਸਾਰੀਆਂ ਵੀਡੀਓ ਸੀਡੀਆਂ MP3 ਸਾਡੀਆਂ ਜਿਹੜੀਆਂ ਲਾਂਚ ਹੋਈਆਂ ਨੇ ਉਹਨਾਂ ਨੂੰ ਸੁਣ ਸਕਦੇ ਆ 84 ਦੇ ਕਤਲੇਆਮ ਦੀ ਜਿੰਨੀ ਗੱਲ ਅਸੀਂ ਉਹਦੇ ਵਿੱਚ ਠੋਕ ਵਜਾ ਕੇ ਕੀਤੀ ਇੱਕ ਔਰ ਸਾਨੂੰ ਇਨਸਾਫ ਚਾਹੀਦਾ ਨਾਂ ਦੀ MP3 ਔਰ ਵੀਡੀਓ CD ਟੀ ਸੀਰੀਜ਼ 'ਚ ਰਿਲੀਜ਼ ਹੋਈ ਆ ਨਾਲੇ ਉਹਦੇ ਵਿੱਚ ਸਾਰਾ ਹੀ ਤਕਰੀਬਨ ਜੋ 84 ਚ ਕਤਲੇਆਮ ਕਾਂਗਰਸ ਨੇ ਕੀਤਾ ਉਹਦੇ ਬਾਰੇ ਅਸੀਂ ਦੱਸਿਆ ਹੁਣ ਜਿਹੜਾ ਅਸਲ ਮੁੱਦਾ ਉਹ ਕਈਆਂ ਨੂੰ ਇਸ ਤਰ੍ਹਾਂ ਵੀ ਲੱਗ ਜਾਂਦਾ ਕਿ ਉੱਤਰਾਖੰਡ 'ਚ BJP ਦੀ ਸਰਕਾਰ ਸੀ ਤੇ ਉਹ BJP ਦੇ ਨਾਲ ਸਾਡਾ ਸੰਘਰਸ਼ ਜਿਹੜਾ ਸੀ ਸਿੱਧਾ ਸੀ ਕਿਉਂਕਿ ਉਹਨਾਂ ਤੋਂ ਅਸੀਂ ਗੁਰਦੁਆਰੇ ਦੀ ਮੰਗ ਕਰ ਰਹੇ ਸੀ ਸਰਕਾਰ ਉਹਨਾਂ ਦੀ ਹੈ ਤਾਂ ਹੀ ਉਹਨਾਂ ਦੇ ਹਾਈ ਕਮਾਂਡ ਦਾ ਘਰਾਓ ਸੀ ਬਾਕੀ ਪਾਰਟੀਆਂ ਸਾਨੂੰ ਬਰਾਬਰ ਆ ਸਾਡਾ ਤਾਂ ਜਿਹੜਾ ਸਾਡੇ ਹੱਕਾਂ ਦੇ ਡਾਕਾ ਮਾਰਦੇ ਚਾਹੇ ਉਹ BJP ਆ ਚਾਹੇ ਕਾਂਗਰਸ ਆ ਚਾਹੇ ਕੋਈ ਹੋਰ ਆ ਚਾਹੇ ਉਹਨਾਂ ਦੇ ਭਾਈਵਾਲ ਆ ਸਾਡਾ ਸੰਘਰਸ਼ ਉਹਨਾਂ ਨਾਲ ਹੱਕਾਂ ਲਈ ਆ ਅਸੀਂ ਨਾ ਕਿਸੇ ਪਾਰਟੀ ਦੇ ਮੈਂਬਰ ਆ ਨਾ ਕਿਸੇ ਦੇ ਜਾਤੀ ਵਿਰੋਧੀ ਆ ਸਿਧਾਂਤਕ ਵਿਰੋਧੀ ਆ ਸਿਧਾਂਤ ਦੇ ਸਾਹਮਣੇ ਕਾਂਗਰਸ ਆਵੇ ਸਿਧਾਂਤ ਦੇ ਸਾਹਮਣੇ BJP ਆਵੇ ਹੁਣ BJP ਦਾ ਦੇਖੋ ਅਸੀਂ ਵਿਰੋਧ ਤਾਂ ਕੀਤਾ ਅਸੀਂ ਬਕਾਇਦਾ ਇਹਨਾਂ ਮਤਿਆਂ 'ਚ ਸਪੰਥਕ ਜਥੇਬੰਦੀਆਂ ਨੇ ਜਿਹੜੀ ਫਤਿਹਗੜ੍ਹ ਸਾਹਿਬ ਕਾਨਫਰੰਸ ਹੋਈ ਆ ਉਹਦੇ ਜਿਹੜੇ 5 ਮਤੇ ਪਾਸ ਹੋਏ ਆ ਜਿਹਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੂੰ ਸਮਰਪਿਤ ਔਰ ਨਾਲ ਹੀ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਲਈ ਵਚਨਬੱਧਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਾਕੀ ਸਿੰਘਾਂ ਦੀ ਬਾਇਜ਼ਤ ਰਿਹਾਈ ਦਾ ਮਤਾ ਜਿਹੜੇ ਜੇਲ੍ਹਾਂ 'ਚ ਬੰਦ ਆ ਪਿਛਲੇ ਸਮੇਂ ਤੋਂ ਔਰ ਕਾਲੀ ਸੂਚੀ ਦਾ ਜਿਹੜਾ ਹੈਗਾ ਵੀ ਉਹਨੂੰ ਸਰਕਾਰ ਜਿਹੜੀ ਤੁਰੰਤ ਰੱਦ ਕਰੇ ਧਾਰਾ 25 ਜਿਹੜੀ ਆ ਸੰਵਿਧਾਨ ਦੀ ਜਿਹਦੇ ਸਿੱਖ ਵੱਖਰੀ ਕੌਮ ਵੱਖਰੇ ਧਰਮ ਤੇ ਪਾਬੰਦੀ ਲਾਈ ਹੋਈ ਹੈ ਇਹਨਾਂ ਨੇ ਉਹ ਧਾਰਾ ਨੂੰ ਸੋਧਣ ਦਾ ਸੰਵਿਧਾਨ ਸੋਧਣ ਦੀ ਮੰਗ ਰੱਖੀ ਉਹਦੇ ਵਿੱਚ ਹੀ ਇੱਕ ਮਤਾ ਰੱਖਿਆ ਗਿਆ ਸੀਗਾ ਜਿੱਥੇ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ SGPC ਨੂੰ ਜਿਹੜਾ ਸੀ ਉਹ ਲਿਖਿਆ ਗਿਆ ਮਤਾ ਪਾਇਆ ਗਿਆ ਉੱਥੇ ਨਾਲ ਇੱਕ ਮਤਾ ਸੀ ਵੀ ਜੇ BJP ਦੀ ਗੌਰਮੈਂਟ ਸਾਨੂੰ ਇਹ ਨਹੀਂ ਦਿੰਦੀ ਤਾਂ ਅਸੀਂ BJP ਦੀ ਖਿਲਾਫਤ ਕਰਾਂਗੇ ਇਲੈਕਸ਼ਨ ਦੇ ਅੰਦਰ ਜਦੋਂ ਉਹਨਾਂ ਨੇ ਵੋਟਾਂ ਚਾਹੀਦੀਆਂ ਰਾਜ ਭਾਗ ਬਣਾਉਣ ਲਈ ਜਦੋਂ ਸਾਡਾ ਗੁਰਦੁਆਰਾ ਗਿਆਨ ਗੋਦੜੀ ਨਹੀਂ ਦਿੰਦੇ ਸਾਡੇ ਕੀ ਲੱਗਦੇ ਆ ਠੀਕ ਹੈ ਤੇ ਉਹ ਕਹੀ ਜਾਂਦੇ ਅਸੀਂ ਸਿੱਖਾਂ ਦੇ ਹਿਤੈਸ਼ੀ ਆ ਅਕਾਲੀ ਦਲ ਨਾਲ ਸਾਡੀ ਰਲੀ ਮਿਲੀ ਸਰਕਾਰ ਆ ਅਸੀਂ ਹੁਣ ਦੇਖੋ ਅਖਬਾਰਾਂ 'ਚ ਬਕਾਇਦਾ ਇਸ਼ਤਿਹਾਰ ਦੇ ਕੇ BJP ਦਾ ਵਿਰੋਧ ਕੀਤਾ ਹਾਂ ਮੈਂ ਪੜਿਆ ਤੁਹਾਡਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਵਿੱਚ ਇੱਕ ਤਗੀਦ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸਿੱਖਾਂ ਦੀ ਜਥੇਬੰਦੀ ਸੀ ਹਾਂ ਚਲਾਉਣ ਵਾਲੇ ਚੰਗੇ ਮਾੜੇ ਆ ਸਕਦੇ ਆ ਪਰ ਸ਼ਹੀਦੀਆਂ ਪਾ ਕੇ ਜਿਹੜੇ ਪੰਥ ਵਾਸਤੇ ਹੋਂਦ ਵਿੱਚ ਲਿਆਂਦੀ ਸੰਸਥਾ SGPC ਔਰ ਸ਼੍ਰੋਮਣੀ ਅਕਾਲੀ ਦਲ ਇਹ BJP ਤੋਂ ਕਿਨਾਰਾ ਕਰਕੇ ਕਿਉਂਕਿ ਜਿਹੜੀ BJP ਆ ਭਾਰਤੀ ਜਨਤਾ ਪਾਰਟੀ RSS ਮਤਲਬ ਜੋ ਸਿੱਖ ਵਿਰੋਧੀ ਮਾਰੂ ਨੀਤੀਆਂ ਜਿਨ੍ਹਾਂ ਦੇ ਏਜੰਡੇ ਆ ਸਿੱਖਾਂ ਨੂੰ ਨਿਕਲਣ ਦੇ ਖਤਮ ਕਰਨ ਦੇ ਔਰ ਜਿਹੜੇ ਸਿੱਖਾਂ ਨੂੰ ਸਮੇਂ ਸਮੇਂ ਆਪਣੇ ਹਿੱਸਾ ਹੀ ਦੱਸਦੇ ਆ ਵੱਖਰੇ ਹੱਕ ਅਧਿਕਾਰ ਦੇਣਾ ਨਹੀਂ ਚਾਹੁੰਦੇ ਤਾਂ ਉਹਨਾਂ ਦਾ ਮਤਲਬ ਜਿਹੜਾ ਹੈਗਾ ਉਹਨਾਂ ਨਾਲੋਂ ਸ਼੍ਰੋਮਣੀ ਅਕਾਲੀ ਦਲ ਕਿਨਾਰਾ ਕਰਕੇ ਤੇ ਪੁਰਾਤਨ ਜਿਹੜੀਆਂ ਪੰਥਕ ਰਵਾਇਤਾਂ ਨੇ ਉਹਨਾਂ ਨੂੰ ਮੁੜ ਸੁਰਜੀਤ ਕਰੇ ਅਸੀਂ ਬਕਾਇਦਾ ਅਕਾਲੀ ਦਲ ਨੂੰ ਵੀ ਉਹਦੇ 'ਚ ਲਿਖਿਆ ਠੀਕ ਹੈ ਕਿ ਉਹਨਾਂ ਦੀ ਭਾਈਵਾਲੀ ਛੱਡ ਕੇ ਅਸੀਂ BJP ਦਾ ਵਿਰੋਧ ਕੀਤਾ ਕਾਂਗਰਸ ਦਾ ਵਿਰੋਧ ਤਾਂ ਹੋ ਹੀ ਰਿਹਾ ਹਾਂਜੀ ਠੀਕ ਹੈ ਠੀਕ ਹੈ ਨਾ BJP ਦਾ ਵਿਰੋਧ ਇਸ ਕਾਰਨ ਕਰਕੇ ਅਸੀਂ ਕੀਤਾ ਕਿ ਗੁਰਦੁਆਰਾ ਗਿਆਨ ਗੋਦੜੀ ਦੇ ਮਸਲੇ ਤੇ ਔਰ ਬਕਾਇਦਾ BJP ਦੇ ਅਸੀਂ ਜਿਹੜੇ ਕੈਂਡੀਡੇਟ ਉਹਨਾਂ ਦੇ ਖਿਲਾਫ ਦੇਖੋ ਆਨੰਦਪੁਰ ਸਾਹਿਬ ਸਾਡੀ ਇਤਿਹਾਸਕ ਨਗਰੀ ਆ ਪੰਥਕ ਨਗਰੀ ਆ ਠੀਕ ਹੈ ਅੰਮ੍ਰਿਤਸਰ ਸਾਹਿਬ ਸਾਡੀ ਇਤਿਹਾਸਕ ਨਗਰੀ ਆ ਔਰ ਹਿਸਟੋਰੀਕਲ ਨਗਰੀ ਸਾਡਾ ਕੇਂਦਰ ਆ ਸਿੱਖੀ ਦਾ ਸ੍ਰੀ ਹਰਿਮੰਦਰ ਸਾਹਿਬ
पर देखो श्रोमणी अकाली दल ने की किया उत्थे दीआं पंज सीटां चों चार सीटां भाजपा की झोली च ते आनंदपुर साहब की एक जिहड़ी सीट सी उह वी भाजपा नूं दे दित्ती। देखो हरिद्वार दे विच कदे कोई गैर हिंदू नहीं बने, कदे MLA MP नहीं बने, मक्के दे अंदर गैर मुसलमान मक्के दे इलाके च कदे आगू नहीं, ते साडियां जिहड़ियां पंथक नगरिया ने इतिहासक नगरिया जिहड़े साडे केंद्र सिखी दा हरिमंदर साहब ते अकाल अपना आनंदपुर साहब ते खालसे दी साजना ਉਹ BJP ਦੀ ਝੋਲੀ ਤੇ BJP ਦੇ ਵੀ ਆਗੂ ਉਹਨਾਂ ਨੂੰ ਟਿਕਟ ਪਿਛਲੇ ਦਿਨੀ ਤੁਸੀਂ ਅਖਬਾਰਾਂ 'ਚ ਪੜ੍ਹਿਆ ਕਿ ਜਿਹੜਾ ਉੱਥੇ MLA ਖੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ BJP ਵੱਲੋਂ ਜਿਹਨੂੰ ਸਪੋਰਟ ਦਿੱਤੀ ਮਦਨ ਮੋਹਨ ਮਿੱਤਲ, ਠੀਕ, ਉਹਨੇ ਦਰਬਾਰ ਆਨੰਦਪੁਰ ਸਾਹਿਬ ਦੇ ਲੰਗਰ ਦਾ ਜਿਹੜਾ ਖੰਡ ਦਾ ਕੋਟਾ ਸੀ ਜਦੋਂ ਪਿਛਲੀ ਅਕਾਲੀ ਸਰਕਾਰ ਸੀ ਉਦੋਂ ਬੰਦ ਕਰਵਾ ਦਿੱਤਾ ਸੀ, ਠੀਕ ਹੈ, ਜਿਹੜਾ ਟੈਕਸ ਸੀ ਉਹ ਲਾਗੂ ਕਰਵਾ ਦਿੱਤਾ ਸੀ, ਠੀਕ ਹੈ, ਇੰਨਾ ਸਿੱਖ ਵਿਰੋਧੀ ਬੰਦਾ ਗੁਰੂ ਘਰ ਦਾ ਵਿਰੋਧੀ ਬੰਦਾ। ਫਿਰ ਜਦੋਂ ਆਪਣੇ ਦਫ਼ਤਰ ਦਾ ਉਦਘਾਟਨ ਕਰ ਰਿਹਾ ਸੀ ਤਾਂ ਇੱਕ ਬਜ਼ੁਰਗ ਸਿੱਖ ਬਹੁਤ ਉੱਚਾ ਲੰਮਾ ਸਿੱਖ ਸਾਬਤ ਸੂਰਤ ਸੀ ਤਾਂ ਉਹਨੇ ਉਹਨੂੰ ਕਿਹਾ ਕਿ ਦੇਖੋ ਮਿੱਤਲ ਸਾਹਿਬ ਤੁਸੀਂ ਦਫ਼ਤਰ ਦਾ ਉਦਘਾਟਨ ਕਰ ਰਹੇ ਹੋ, ਤੁਸੀਂ ਮੰਤਰੀ ਰਹੇ ਹੋ ਪਿੱਛੇ ਅਕਾਲੀ ਭਾਜਪਾ ਸਰਕਾਰ ਚ, ਹੁਣ ਤੁਸੀਂ ਫਿਰ MLA ਲਈ ਖੜੇ ਹੋ ਇੱਥੋਂ, ਪਰ ਤੁਸੀਂ ਦੇਖੋ ਮੇਰੇ ਹਲਕੇ ਚ ਜਾ ਕੇ ਮੇਰੇ ਵਾਰਡ ਚ ਗਲੀਆਂ ਦਾ ਕੀ ਹਾਲ ਆ, ਨਾਲੀਆਂ ਦਾ ਕੀ ਹਾਲ ਆ। ਤੇ ਉਹਨੂੰ ਅੱਗੋਂ ਕਹਿੰਦਾ ਕਹਿੰਦਾ ਤੂੰ ਇਤਨੀਆਂ ਅੱਖਾਂ ਬੜੀਆਂ ਲਾਲ ਆ, ਤੇ ਉਹਨੇ ਅੱਗੋਂ ਕਿਹਾ ਵੀ ਗੁਰੂ ਕੇ ਸਿੱਖਾਂ ਦੀਆਂ ਅੱਖਾਂ ਲਾਲ ਹੀ ਹੁੰਦੀਆਂ ਹਮੇਸ਼ਾ, ਠੀਕ ਹੈ, ਤੇ ਉਹਨੂੰ ਕਹਿਣ ਲੱਗਾ ਤੇ ਮੁੱਛ ਬੜੀ ਖੜੀ ਕੀਤੀ ਆ ਤੂੰ, ਉਹਨੇ ਸਿੰਘ ਨੇ ਮੁੱਛਾਂ ਮੁਸ਼ਹਿਰੇ ਖੜੇ ਕੀਤੇ ਸੀ, ਉਹਨੂੰ ਕਹਿੰਦਾ ਤੂੰ ਅੱਖ ਨੀਵੀਂ ਤੇ ਮੁੱਛ ਹੇਠਾਂ ਕਰਕੇ ਮੇਰੇ ਨਾਲ ਗੱਲ ਕਰ, ਅਖਬਾਰਾਂ 'ਚ ਛਪਿਆ ਤੁਸੀਂ ਪੜ੍ਹਿਆ ਹੋਊਗਾ। ਫਿਰ ਅਸੀਂ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਉਸ ਦੇ ਖਿਲਾਫ 25 ਜਨਵਰੀ ਨੂੰ ਆਨੰਦਪੁਰ ਸਾਹਿਬ ਤਖ਼ਤ ਕੇਸਗੜ੍ਹ ਸਾਹਿਬ ਅਸੀਂ ਮੱਥਾ ਟੇਕ ਕੇ ਅਰਦਾਸ ਕਰਕੇ ਬਾਜ਼ਾਰ ਦੇ ਅੰਦਰ ਉਸ ਮਦਨ ਮੋਹਨ ਮਿੱਤਲ ਦੇ ਖਿਲਾਫ ਅਸੀਂ ਰੋਸ ਮਾਰਚ ਕੱਢਿਆ ਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਹ ਸਿੱਖ ਵਿਰੋਧੀ ਬੰਦਾ ਇਹਨੂੰ ਕੋਈ ਸਿੱਖ ਵੋਟ ਨਾ ਪਾਵੇ, ਕੋਈ ਧਰਮ ਨਿਰਪੱਖ ਬੰਦਾ ਵੋਟ ਨਾ ਪਾਵੇ ਜਿਹੜਾ ਕਿ ਇਹੋ ਜਿਹਾ ਫਿਰਕੂ ਬੰਦਾ ਵਾ। ਤੇ ਅਸੀਂ BJP ਦਾ ਵਿਰੋਧ ਕੀਤਾ, ਖਿਲਾਫਤ ਕੀਤੀ, ਔਰ ਨਾਲ ਇਸ਼ਤਿਹਾਰ 'ਚ ਇਹ ਵੀ ਛਾਪਿਆ ਕਿ ਉਹ BJP ਆ ਜਿਨ੍ਹਾਂ ਨੇ ਆਪ ਲਿਖਿਆ ਅਡਵਾਨੀ ਨੇ ਆਪਦੀ ਕਿਤਾਬ ਦੇ ਅੰਦਰ ਮਾਈ ਕੰਟਰੀ ਮਾਈ ਲਾਈਫ ਚ ਕੇਂਦਰਾ ਗਾਂਧੀ ਤੇ ਹਮਲਾ ਨਹੀਂ ਸੀ ਕਰਦੀ ਅਕਾਲ ਤਖ਼ਤ ਤੇ ਉਹਦਾ ਡਰਦੀ ਸੀ, ਅਸੀਂ ਕਰਵਾਇਆ। ਔਰ ਇਹ ਉਹ BJP ਆ ਜਿਨ੍ਹਾਂ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਤਾ ਵਿਧਾਨ ਸਭਾ ਚ ਪਾਉਣ ਤੋਂ ਅਕਾਲੀ ਦਲ ਨੂੰ ਰੋਕਿਆ, ਠੀਕ ਹੈ, ਇਹ ਮਤਾ ਨਹੀਂ ਤੁਸੀਂ ਪਾ ਸਕਦੇ। ਇਹ ਉਹ BJP ਆ ਜਿਹਨੇ ਪੰਜਾਬ ਦੇ ਅੰਦਰ ਲੁਧਿਆਣੇ ਦੇ ਅੰਦਰ ਆਸੂਤੋਸ਼ ਦਾ ਸਮਾਗਮ ਕਰਾਉਣ ਲਈ ਬਜਿੱਦ ਰਹੇ ਤੇ ਜਿੱਥੇ ਜੇ ਪ੍ਰੋਟੈਸਟ ਹੋਇਆ ਉਹਦੇ ਖਿਲਾਫ ਤੇ ਭਾਈ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਇਆ, ਕਿੰਨੇ ਸਿੱਖ ਜ਼ਖਮੀ ਹੋਏ। ਇਹ ਉਹ BJP ਜਿਹੜੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਜਗ੍ਹਾ ਮੱਲੀ ਬੈਠੇ ਆ, ਤਾਂ ਕਰਕੇ ਅਸੀਂ BJP ਦੀ ਖਿਲਾਫਤ ਕੀਤੀ। ਬਾਕੀ ਸਾਨੂੰ ਸਾਡਾ ਤਾਂ ਪਖੰਡਵਾਦ ਦੇ ਖਿਲਾਫ ਤੇ ਸਰਕਾਰਾਂ ਦੇ ਜਬਰ ਜ਼ੁਲਮ ਦੇ ਖਿਲਾਫ ਸੰਘਰਸ਼ ਆ, ਸਾਨੂੰ ਨਹੀਂ ਇਹ ਕੱਲ ਨੂੰ ਉੱਥੇ ਉੱਤਰਾਖੰਡ 'ਚ ਕਾਂਗਰਸ ਦੀ ਸਰਕਾਰ ਆਉਂਦੀ ਆ ਤੇ ਅਸੀਂ ਉਹਦੇ ਨਾਲ ਸੰਘਰਸ਼ ਕਰਨਾ। ਤੁਸੀਂ ਇੱਕ ਚੀਜ਼ ਨੋਟ ਜਿੱਦਾਂ ਕੀਤੀ ਹੋਗੀ ਆ ਚੋਣਾਂ ਦੇ ਵਿੱਚ ਵੀ ਜੋ ਮਤਲਬ ਅੱਗੇ ਪਾਰਟੀਆਂ ਦੇ ਸਟੈਂਡ ਹੁੰਦੇ ਸੀ ਜਾਂ ਵਿਅਕਤੀਗਤ ਤੌਰ 'ਤੇ ਬੰਦਾ ਜਿਹੜੀ ਪਾਰਟੀ ਨਾਲ ਖੜ ਗਿਆ ਚਾਹੇ ਉਹ ਮਾੜੀ ਹੈ ਚੰਗੀ ਉਹਨਾਂ ਖੜਦਾ ਸੀ, ਪਰ ਹੁਣ ਦੇਖਣ ਦੀ ਆ ਅੱਜ ਜੇ 5 ਸਾਲ ਅਕਾਲੀ ਦਲ 'ਚ ਰਿਹਾ ਤਾਂ ਦੂਏ ਦਿਨ ਟੱਪ ਕੇ ਕਾਂਗਰਸ ਪਾਰਟੀ ਚਲ ਗਿਆ, ਭਾਜਪਾ ਚਲ ਗਿਆ ਜਾਂ ਬਸਪਾ ਚਲ ਗਿਆ ਜਾਂ ਕਿਸੇ ਇੱਦਾਂ ਹੀ ਉੱਧਰੋਂ ਆ, ਉਹ ਮਤਲਬ ਰਾਤੋ ਰਾਤ ਅਕਾਲੀ ਬਣ ਜਾਂਦਾ ਅਤੇ ਰਾਤੋ ਰਾਤ ਕਾਂਗਰਸੀ ਬਣ ਜਾਂਦਾ, ਇਹਦੇ ਬਾਰੇ ਕੀ ਕਹੋਗੇ? ਦੇਖੋ ਸਭ ਤੋਂ ਵੱਡੀ ਗੱਲ ਆ ਕਿ ਪਹਿਲਾਂ ਹੁੰਦਾ ਸੀਗਾ ਜਦੋਂ ਅਕਾਲੀ ਦਲ ਹੋਣ 'ਚ ਆਇਆ ਸੀ ਅਕਾਲੀ ਦਲ ਲਈ ਮਰ ਮਿਟਣਾ ਇਤਿਹਾਸ ਸਰਦਾਰ ਤੇਜਾ ਸਿੰਘ ਸਮੁੰਦਰੀ ਵਰਗਿਆਂ ਦਾ SGPC ਵਾਸਤੇ ਜੋ ਵੀ ਅੱਜ ਉਹਨਾਂ ਦੇ ਨਾਂ ਬਾਬਾ ਖੜਕ ਸਿੰਘ ਜੀ ਹੈ ਨਾ ਉਹਨਾਂ ਦੇ ਨਾਂ ਨੇ ਕਿ ਉਹਨਾਂ ਨੇ ਅਕਾਲੀ ਦਲ ਵਾਸਤੇ ਜਾਂ ਪਾਰਟੀ ਵਾਸਤੇ ਜੋ ਵਰਕ ਕੀਤਾ ਕੁਰਬਾਨੀ ਕੀਤੀ ਹੈ ਨਾ, ਔਰ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਹੈ ਨਾ ਉਹਨਾਂ ਨੇ, ਹੁਣ ਪਤਾ ਪੰਜਾਬ ਦੇ ਅੰਦਰ ਕੋਈ ਪਾਰਟੀ ਨਹੀਂ ਰਹਿ ਗਈ ਜੇ ਆਪਾਂ ਸਮਝੀਏ ਨਾ, ਸਿਆਸਤ ਦੇ ਅੰਦਰ ਸਿਆਸਤ ਇੰਨੀ ਗੰਦੀ ਹੋ ਗਈ ਆ ਕੋਈ ਪਾਰਟੀ ਨਹੀਂ ਆ, ਕੁਰਸੀ ਦੀ ਲੜਾਈ ਆ, ਸੱਤਾ ਦੀ ਲੜਾਈ ਆ ਹੇਠਲੇ ਲੈਵਲ ਤੋਂ ਲੈ ਕੇ ਉੱਪਰ ਤੱਕ, ਕੁਰਸੀ ਵਾਸਤੇ ਜੇ ਆਹ ਪਾਰਟੀ ਨਹੀਂ ਤੇ ਉਹ ਨਹੀਂ ਤੇ ਤੀਜੀ ਤੀਜੀ ਨਹੀਂ ਚੌਥੀ, ਔਰ ਇੱਕ ਦੂਜੇ ਨੂੰ ਜਿਹੜਾ ਉਹਨੂੰ ਛੱਡ ਕੇ ਆਉਂਦਾ ਜਿਨ੍ਹਾਂ ਨੂੰ ਛੱਡਦੇ ਆ ਉਹ ਕਹਿੰਦੇ ਆ ਗਦਾਰ ਆ ਇਹ ਛੱਡ ਗਿਆ, ਤੇ ਜਿਨ੍ਹਾਂ ਚ ਜਾਂਦਾ ਉਹ ਸਰੋਪਾ ਪਾ ਕੇ ਸਵਾਗਤ ਕਰਦੇ ਆ। ਬਠਿੰਡੇ ਪ੍ਰਕਾਸ਼ ਸਿੰਘ ਬਾਦਲ ਉਹਨੂੰ ਜਦੋਂ ਪੁੱਛਿਆ ਉਹ ਕਹਿੰਦਾ ਮਨਪ੍ਰੀਤ ਗਦਾਰ ਆ ਪਾਰਟੀ ਦਾ, ਇਹਨੇ ਪਾਰਟੀ ਛੱਡ ਕੇ ਤੇ ਚਲੇ ਗਿਆ ਹਨਾ, ਤੇ ਪੱਤਰਕਾਰ ਨੇ ਆਖਿਆ ਜੀ ਬਾਦਲ ਸਾਹਿਬ ਜਿਹੜੇ ਤੁਹਾਡੀ ਪਾਰਟੀ ਚਾਹੁੰਦੇ ਦੂਜੀ ਪਾਰਟੀਆਂ ਨੂੰ ਛੱਡ ਕੇ ਉਹ ਕੀ ਉਹਨਾਂ ਨੂੰ ਸਰੋਪਾ ਪਾ ਕੇ ਤੁਸੀਂ ਸ਼ਾਮਿਲ ਕਰ ਲੈਂਦੇ ਹੋ, ਠੀਕ ਹੈ। ਸੋ ਕਹਿਣ ਤੋਂ ਭਾਵ ਆ ਵੀ
ਇਹ ਇੱਕ ਦੂਜੇ ਤੇ ਦੂਸ਼ਣਬਾਜ਼ੀ, ਪਾਰਟੀ ਕੋਈ ਨਹੀਂ ਰਹੀ, ਸੱਤਾ ਦੀ ਲੜਾਈ ਆ, ਰਾਜ ਭਾਗ ਦੀ ਲੜਾਈ ਆ ਕਿ ਰਾਜ ਭਾਗ ਕਿਵੇਂ ਲੈਣਾ, ਨਸ਼ੇ ਵੰਡ ਕੇ, ਨੋਟ ਵੰਡ ਕੇ, ਡਰਾ ਕੇ, ਧਮਕਾ ਕੇ ਜਾਂ ਪਾਰਟੀਆਂ ਬਦਲ ਕੇ। ਇਸ ਕਰਕੇ ਕੋਈ ਪਾਰਟੀਬਾਜ਼ੀ ਦਾ ਸਿਧਾਂਤ ਨਹੀਂ ਰਿਹਾ, ਪਾਰਟੀਆਂ ਦਾ ਸਿਧਾਂਤ ਖਤਮ ਆ, ਸੱਤਾ ਦੀ ਲੜਾਈ ਆ ਕਿ ਕੁਰਸੀ ਤਾਕਤ ਕਿਵੇਂ ਲੈਣੀ। ਆਪਾਂ ਸੰਗਤਾਂ ਨੂੰ ਜਾਵਾਂਗੇ, ਇੱਕ ਕਾਲ ਆ ਰਹੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਆਪਣੇ ਸੰਤਾਂ ਦੀ ਦਤਵਾਲ ਜੀ। ਹਾਂਜੀ, ਤੁਹਾਡੇ ਸਿੰਘ ਇੰਟਰਵਿਊ ਲੈ ਰਹੇ ਆ। ਹਾਂਜੀ, ਟੈਲੀਵਿਜ਼ਨ ਦੇ ਤੁਸੀਂ ਆਪਣਾ ਹੈ ਨਾ ਉਹ ਬੰਦ ਕਰ ਦਿਓ ਆਵਾਜ਼, ਤਾਂ ਟੈਲੀਫੋਨ। ਓਕੇ ਜੀ, ਓਕੇ ਓਕੇ ਓਕੇ, ਨਹੀਂ ਮੈਂ ਕਰਤੀ, ਮੈਂ ਕਰਤੀ ਸੀ। ਹਾਂਜੀ ਹਾਂ, ਦੱਸੋ ਕੀ ਕਹਿਣਾ ਚਾਹੁੰਦੇ। ਕੀ ਆ ਹੁਣੇ ਆ ਜਿਹੜੇ ਉਹ ਗੱਲਾਂ ਕਰਦੇ ਪਏ ਨਾ ਭਾਈ ਸਾਹਿਬ ਉਹਨਾਂ ਨਾਲ, ਉਹ ਕਹਿੰਦੇ ਵੀ ਬੀਜੇਪੀ ਸਭ ਤੋਂ ਖਤਰਨਾਕ ਜਿਹੜੀ ਪਾਰਟੀ ਹੈਗੀ ਆ। ਹਾਂਜੀ, ਵੀ ਉਹ ਜਿੱਥੇ ਆਪਣੇ ਗੁਰਦੁਆਰਾ ਸਾਹਿਬ ਹਰਿਦੁਆਰ ਚ ਖੋਲਣਾ ਜਾਂ ਕਿਸ ਤਰ੍ਹਾਂ ਵੀ, ਹਾਂਜੀ ਹਾਂਜੀ, ਉਹਦੇ ਬਾਰੇ ਗੱਲ ਕਰਦੇ ਪਏ ਆ। ਹਾਂਜੀ ਹਾਂਜੀ, ਪਰ ਸਭ ਤੋਂ ਵੱਡਾ ਗੱਦਾਰ ਸਿੱਖ ਕੌਮ ਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਇੱਕ। ਠੀਕ, ਮਾਇਨ ਨਾ ਕਰਿਓ ਤੁਸੀਂ, ਨਹੀਂ ਤੁਹਾਡੇ ਵਿਚਾਰ ਆ, ਤੁਸੀਂ ਵਿਚਾਰ ਦੇ ਸਕਦੇ ਆਪਣੇ। ਓਕੇ ਜੀ, ਠੀਕ ਹੈ। ਵੀ ਸਭ ਤੋਂ ਵੱਡਾ ਗੱਦਾਰ ਇਹਨੇ ਸਾਡੀ ਸਿੱਖ ਕੌਮ ਦੀ ਇੰਨੀ ਮਿੱਟੀ ਪਲੀਤ ਕੀਤੀ ਹੈ ਨਾ, ਇਸ ਬੰਦੇ ਨੂੰ ਨਾ ਗੋਲੀ ਮਾਰ ਕੇ ਮਾਰ ਦੇਵੇ ਨਾ, ਤੇ ਉਹ ਸਭ ਤੋਂ ਚੰਗਾ ਇੱਕ। ਇਹ ਵੀ ਵਿਚਾਰ ਤੁਹਾਡੇ ਆ, ਮੇਰੇ ਲਈ ਨਾ ਸੋਚਿਆ ਜੀ। ਮੇਰੇ ਤੁਸੀਂ ਮੇਰਾ ਨਾਮ ਮਨੋਹਰ ਸਿੰਘ ਹੈ। ਹਾਂਜੀ ਹਾਂਜੀ, ਜਿੰਨਾ ਮਰਜ਼ੀ ਤੁਸੀਂ ਕਹੋ, ਮੈਂ ਕਹਿੰਦਾ ਇਹ ਸਾਡੀ ਸਿੱਖ ਕੌਮ ਦੇ ਗੱਦਾਰ ਹੈ। ਆਹ ਦੇਖੋ ਇਹੋ ਜਿਹੇ ਬੰਦੇ ਵਿਚਾਰੇ ਆਪਣੀ ਸਿਰ ਧਰਤੀ ਲੜਾਈ ਕਰਨ ਦੇ ਆ। ਆਪਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਜੋ ਬਾਬਾ ਜੀ ਨੇ ਰਮ ਕੀਤਾ, ਉਹਦੇ ਲਈ ਕੀ ਕਹਿਣਾ ਚਾਹੁੰਦੇ ਹਾਂ। ਹਾਂਜੀ, ਅਗਲੀ ਕਾਲ ਵੱਲ ਚੱਲਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕੌਣ ਸਿੰਘ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ ਜੀ? ਹਾਂਜੀ, ਦਾਸ ਸੇਵਾ ਸਿੰਘ ਲੱਲੀ। ਹਾਂਜੀ ਲੱਲੀ ਸਾਹਿਬ, ਮਹਾਰਾਜ ਰਾਸ਼ਟਰਪਤੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬਾਬਾ ਜੀ ਹੋਣੀ ਬੜੀ ਖੁਸ਼ੀ ਹੋਈ ਦਰਸ਼ਨ ਮੇਲੇ ਹੋ ਕੇ। ਹਾਂਜੀ, ਤੇ ਮੈਨੂੰ ਨਹੀਂ ਸੀ ਪਤਾ, ਵੈਸੇ ਮੈਂ ਹੁਣੇ ਟੈਲੀਵਿਜ਼ਨ ਆਨ ਕੀਤਾ ਤੇ ਮੈਂ ਠੀਕ ਹੈ ਦਰਸ਼ਨ ਕੀਤੇ ਤੁਹਾਡੇ। ਠੀਕ ਹੈ, ਤੇ ਇਹਨਾਂ ਸੁਣਿਆ ਕਿ ਕੱਲ ਨੂੰ ਕੋਈ ਮੀਟਿੰਗ ਹੈ, ਮੀਟਿੰਗ ਕਿਹੜੀ ਜਗ੍ਹਾ ਆ ਤੇ ਕੀ ਟਾਈਮ ਵਗੈਰਾ? ਮੀਟਿੰਗ ਦਾ ਬੇਰਵਾ ਚੈਨਲ ਤੋਂ ਵੀ ਪੜ ਸਕਦੇ ਤੇ ਤੁਹਾਨੂੰ ਦੱਸ ਵੀ ਦਿੰਨੇ, ਡਰ ਵੀ ਗੁਰਦੁਆਰਾ ਗੁਰੂ ਅਰਜਨ ਦੇ ਬਾਬਾ ਜੀ ਦੱਸਣਗੇ ਤੁਹਾਨੂੰ ਪੂਰੀ ਡਿਟੇਲ ਚ। ਹਾਂਜੀ ਬਾਬਾ ਜੀ। ਹਾਂਜੀ ਭਾਈ ਸੇਵਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬੜੇ ਸ਼ਾਰਟ ਜੇ ਟਾਈਮ ਦੇ ਵਿੱਚ ਮੀਟਿੰਗ ਰੱਖੀ ਗਈ ਆ, ਅਸੀਂ ਨਿੱਜੀ ਤੌਰ ਤੇ ਕਿਸੇ ਨੂੰ ਸੱਦਾ ਪੱਤਰ ਜਾਂ ਟੈਲੀਫੋਨ ਨਹੀਂ ਕਰ ਸਕੇ। ਚਲੋ ਜਿੰਨੀ ਕੁ ਸੰਗਤ ਆ ਜਾਊਗੀ ਉਹਨਾਂ ਨਾਲ ਵਿਚਾਰਾਂ ਹੋ ਜਾਣਗੀਆਂ। ਇਹ ਸਮੂਹ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੱਦਾ ਦਿੱਤਾ ਗਿਆ ਦੁਪਹਿਰ ਦੇ 3 ਵਜੇ ਕੱਲ ਨੂੰ ਸੈਚਰਡੇ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਵਿਖੇ, ਠੀਕ ਹੈ ਠੀਕ ਹੈ, ਉੱਥੇ ਪਹੁੰਚਣ ਵਾਸਤੇ ਬੇਨਤੀ ਕੀਤੀ ਗਈ ਹੈ ਜੀ। ਨਹੀਂ ਜੀ, ਪਹੁੰਚਾਂਗੇ ਅਸੀਂ ਵੀ, ਜ਼ਰੂਰ ਆਵਾਂਗੇ। ਤੇ ਤੁਹਾਡਾ ਬਹੁਤ ਧੰਨਵਾਦ ਹੈ, ਅਸੀਂ ਸਾਰੇ ਪ੍ਰੋਗਰਾਮ ਤੁਹਾਡੇ ਦੇਖੇ ਆ, ਦਿੱਲੀ ਦੇ ਵੀ, ਹਰਿਦੁਆਰ ਦੇ ਵੀ। ਧੰਨਵਾਦ ਜੀ, ਤੁਸੀਂ ਜੋ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਤੇ ਪੰਥ ਨੂੰ ਜਾਗਰੂਕ ਕੀਤਾ, ਤੇ ਸਾਡਾ ਉਹ ਸਭ ਤੋਂ ਮਹੱਤਵਪੂਰਨ ਸਥਾਨ ਹੈਗਾ ਹਰਿਦੁਆਰ ਦੇ ਵਿੱਚ, ਜਿੱਥੇ ਜਾ ਕੇ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪਖੰਡ ਨੂੰ ਜ਼ਾਹਰ ਕੀਤਾ ਤੇ ਲੋਕਾਂ ਨੂੰ ਅਗਾਹ ਕੀਤਾ। ਸੋ ਮੈਂ ਬੇਨਤੀ ਕਰਾਂਗਾ ਤੁਸੀਂ ਚੈਨਲ ਤੋਂ ਵੀ ਇੱਕ ਗਿਆਨ ਗੋਦੜੀ ਸਥਾਨ ਦੀ ਇੱਕ ਜਿਹੜੀ ਹੈਗੀ ਆ ਪਿਛੋਕੜ ਆ ਨਾ, ਉਹ ਜ਼ਰੂਰ ਇੱਕ ਸੰਗਤਾਂ ਨੂੰ ਫਿਰ ਦੁਹਰਾਓ ਕਿ ਉਹ ਇਤਿਹਾਸਕ ਗੁਰਦੁਆਰਾ ਉੱਥੇ ਕੀ ਗੁਰੂ ਮਹਾਰਾਜ ਸਾਹਿਬ ਨੇ ਕੀਤਾ, ਇਹ ਸੰਗਤਾਂ ਨੂੰ ਜਾਣਕਾਰੀ ਦਿਓ ਤੇ ਚੰਗੀ ਗੱਲ ਆ। ਹਾਂਜੀ ਭਾਈ ਸੇਵਾ ਸਿੰਘ ਜੀ, ਵੈਸੇ 1-2 ਦਿਨ ਪਹਿਲਾਂ ਅਸੀਂ ਇੱਥੋਂ ਇੰਟਰਵਿਊ ਦਿੱਤੀ, ਉਹਦੇ ਵਿੱਚ ਬੜੇ ਵਿਸਥਾਰ ਦੇ ਨਾਲ ਅਸੀਂ ਉਹਦੇ ਬਾਰੇ ਜਿਹੜਾ ਦੱਸ ਚੁੱਕੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ 84 'ਚ ਮਲੀਆ ਮੇਟ ਕਰ ਦਿੱਤਾ ਗਿਆ, ਉੱਥੇ ਮਹਾਰਾਜ ਨੇ ਕਰਮ ਕਾਂਡ ਨੂੰ ਕੰਡੈਮ ਕਰਕੇ ਤੇ ਗਿਆਨ ਦਾ ਚਾਨਣ ਦਿੱਤਾ ਸੀਗਾ। ਤੁਸੀਂ ਸ਼ਾਇਦ ਉਸ ਦਿਨ ਸੁਣਿਆ ਨਹੀਂ ਹੋਣਾ, ਤੇ ਇਸ ਕਾਰਨ ਕਰਕੇ ਬਾਕੀ ਜਿਹੜੇ ਪ੍ਰੋਗਰਾਮ ਚੱਲੇ ਆ ਉਹਨਾਂ 'ਚ ਬਕਾਇਦਾ ਵਿਸਥਾਰ ਦੇ ਨਾਲ ਸਿੱਖ ਚੈਨਲ 'ਤੇ ਦੱਸਿਆ ਗਿਆ ਕਿ ਉਹ ਗੁਰੂ ਨਾਨਕ ਸਾਹਿਬ ਦੀ ਪਹਿਲੀ ਉਦਾਸੀ ਦਾ ਇਤਿਹਾਸਕ ਗੁਰਦੁਆਰਾ ਵਾ, ਤੇ ਹਰ ਕੀ ਪੌੜੀ ਹਰਿਦੁਆਰ 'ਤੇ ਬਣਿਆ ਸੀ 1984 ਜਦੋਂ ਸਿੱਖ ਵਿਰੋਧੀ ਲਹਿਰ ਚੱਲੀ ਆ, ਤਾਂ ਉਸ ਵੇਲੇ ਉਸ ਨੂੰ ਮਲੀਆ ਮੇਟ ਕਰ ਦਿੱਤਾ ਗਿਆ, ਜਿਹੜੀ ਜਗ੍ਹਾ ਸਰਕਾਰ ਦੇ ਕਬਜ਼ੇ ਦਾ ਉਹਦੀ ਆਜ਼ਾਦੀ ਵਾਸਤੇ ਆਪਾਂ ਸੰਘਰਸ਼ ਕਰ ਰਹੇ ਹਾਂ। ਬਹੁਤ ਚੜ੍ਹਦੀ ਕਲਾ, ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਸ਼ਕਤੀ ਦੇਵੇ, ਹੌਸਲਾ ਦੇਵੇ, ਤੇ ਤੁਸੀਂ ਜੋ ਸਰਕਾਰ ਜਨਮ ਲਿਆ। ਹਾਂਜੀ ਲੱਲੀ ਸਾਹਿਬ, ਧੰਨਵਾਦ ਕਰਦੇ, ਕੱਲ ਨੂੰ ਪਹੁੰਚੋ ਜ਼ਰੂਰ ਉੱਥੇ,
ਸਮਾਂ ਘੱਟ ਹੋਣ ਕਰਕੇ ਅਸੀਂ ਸਮਾਪਤੀ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਆਪਣੇ ਟੈਲੀਵਿਜ਼ਨ ਦੀ ਆਵਾਜ਼ ਕਿਰਪਾ ਕਰਕੇ ਬੰਦ ਕਰ ਲਿਆ ਕਰੋ, ਤਾਂ ਟੈਲੀਫੋਨ ਦੀ ਆਵਾਜ਼ ਸੁਣਿਆ ਕਰੋ। ਕੀ ਕਹਿਣਾ ਚਾਹੁੰਦੇ, ਕਿੱਥੋਂ ਬੋਲ ਰਹੇ ਹੋ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਾਬਾ ਜੀ, ਬੇਨਤੀ ਇਹ ਹੈ ਤੁਹਾਨੂੰ, ਜਿਹੜਾ ਤੁਸੀਂ ਆਪ ਜੀ ਨੇ ਸੰਘਰਸ਼ ਫਤਿਹਗੜ੍ਹ ਸਾਹਿਬ ਵਿਖੇ ਪੂਰੀ ਕਾਨਫਰੰਸ ਤੇ ਗੁਰਮਾਨ ਸਾਹਿਬ ਦਾ ਸਥਾਨ ਜੋ ਯਾਦ ਕਰਾ ਰਹੇ ਹੋ, ਆਪ ਜੀ ਨੂੰ ਬੇਨਤੀ ਹੈ ਕਿ ਮੈਂ ਆਪ ਜੀ ਨੂੰ ਜਾਣਦਾ ਚੰਗੀ ਤਰ੍ਹਾਂ, ਕਿਉਂਕਿ ਉਸ ਕਰਕੇ ਜਾਣਦਾ ਕਿ ਆਪ ਜੀ ਹਜ਼ਾਰੇ ਸੰਤਾਂ ਕੋਲ ਰਹਿੰਦੇ, ਉੱਠਦੇ ਬੈਠਦੇ ਰਹੇ ਆਪ ਵਿਦਿਆ ਲਈ ਆਪ ਜੀ ਨੇ, ਪਰ ਉਹ ਕਿਉਂ ਨੀ ਤੁਹਾਡੇ ਮੁੱਢ ਨਾਲ ਮੋਢਾ ਰੱਖ ਕੇ ਚੱਲਣ ਵਾਸਤੇ ਤਿਆਰ ਹੋ ਰਹੀ? ਸਾਰੇ ਸੰਤ ਸਮਾਜ ਦੇ ਸੰਤ ਸਾਧੂ ਨੇ ਜਿਹੜੇ, ਇਹਨਾਂ ਦਾ ਕੀ ਕਾਰਨ ਹੈ? ਆਪ ਜੀ ਨੂੰ ਬੇਨਤੀ ਹੈ, ਮੇਰਾ ਨਾਮ ਭੀਮ ਸਿੰਘ ਹੈ, ਮੈਂ ਤੁਹਾਨੂੰ ਨਿੱਕਰ ਵੀ ਦੱਸ ਦਿੰਦਾ, ਪਰ ਮੈਂ ਇਸ ਕਰਕੇ ਦੱਸਦਾ, ਮੈਂ ਉਹਨਾਂ ਕੋਲ ਆਉਣਾ ਚਾਹੁੰਦਾ, ਸਵਾਲ ਕੀਤਾ ਸੀ ਕਿ ਤੁਸੀਂ ਬਾਬਾ ਜੀ ਕਿਉਂ ਨੀ ਜਾ ਰਹੇ, ਜਿਹੜੇ ਜਿਹੜੇ ਬਾਬਾ ਜੀ ਨੇ ਕਾਰਜ ਲੰਘਿਆ ਇਹਦੇ ਵਿੱਚ ਤੁਸੀਂ ਕਿਉਂ ਨੀ ਹਿੱਸਾ ਲੈ ਰਹੇ? ਕੀ ਉਹਨਾਂ ਨੂੰ ਡਰ ਲੱਗ ਰਿਹਾ? ਕੀ ਉਹਨਾਂ ਨੂੰ, ਮੈਨੂੰ ਸਮਝ ਨਹੀਂ ਆ ਰਹੀ ਗੁਰਪ੍ਰੀਤ ਦੇ ਸ਼ਬਦ ਵਿੱਚ ਜਾ ਕੇ। ਹਾਂਜੀ ਬਾਬਾ ਜੀ ਦੱਸਣੀ। ਹਾਂਜੀ ਹਾਂਜੀ, ਭਾਈ ਭੀਮ ਸਿੰਘ ਜੀ, ਇਹਦੇ ਬਾਰੇ ਮੈਂ ਕੁਛ ਵੀ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਜਦੋਂ ਵੀ ਕੋਈ ਮੇਰੇ ਮੂੰਹ ਤੋਂ ਕੋਈ ਗੱਲ ਨਿਕਲਦੀ ਆ ਤੇ ਸੰਗਤਾਂ ਸੋਚਦੀਆਂ ਨੇ ਮੈਂ ਕਿਸੇ ਦਾ ਕੋਈ ਵਿਰੋਧ ਕਰ ਰਿਹਾ। ਇਹਦੇ ਬਾਰੇ ਬਸ ਇੰਨੀ ਬੇਨਤੀ ਕਰ ਸਕਦਾ, ਇੰਨੀ ਬੇਨਤੀ ਮੈਂ ਕਰ ਸਕਦਾ ਕਿ ਹਰ ਸਿੱਖ, ਹਰ ਪ੍ਰਚਾਰਕ, ਇਕੱਲੇ ਸੰਤ ਮਹਾਂਪੁਰਖ ਹੀ ਨਹੀਂ, ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ, ਜੇ ਇੱਕ ਇੱਕ ਵੀ ਮਤਲਬ ਇੱਕ ਇੱਕ ਗੱਡੀ ਭਰ ਕੇ ਲਿਆ ਸਕਦੇ ਸੰਗਤਾਂ ਦੀ, ਜਦੋਂ ਆਪਾਂ ਨੀਂਹ ਪੱਥਰ ਰੱਖਣ ਜਾਣਾ, ਜਥੇਦਾਰ ਸਾਹਿਬ ਡੇਟ ਅਨਾਊਂਸ ਕਰਦੇ ਆ, ਤਾਂ ਆਪਾਂ ਜਦੋਂ ਨੀਂਹ ਪੱਥਰ ਰੱਖਣ ਜਾਣਾ, ਇੱਕ ਢਾਡੀ ਸਿੰਘ ਇੱਕ ਗੱਡੀ ਭਰ ਕੇ ਲਿਆ ਸਕਦਾ, ਇੱਕ ਰਾਗੀ ਸਿੰਘ, ਇੱਕ ਕਥਾਵਾਚਕ ਸਿੰਘ, ਔਰ ਇਹ ਸਾਰੇ ਜੇ ਤੁਰ ਪੈਣ ਤਾਂ ਬਹੁਤ ਸਤਿਗੁਰ ਸੱਚੇ ਪਾਤਸ਼ਾਹੀ ਕਿਰਪਾ, ਮੈਂ ਤਾਂ ਸਾਰਿਆਂ ਨੂੰ ਆਵਾਜ਼ ਦੇ ਰਿਹਾ, ਉਹ ਤੁਰਦੇ ਕਿਉਂ ਨਹੀਂ ਆ? ਇਹ ਤਾਂ ਤੁਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ, ਅਸੀਂ ਤਾਂ ਸਾਂਝੇ ਰੂਪ 'ਚ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਸਾਰੇ ਆਓ, ਅਗਵਾਈ ਕਰੋ, ਮੈਂ ਪਿੱਛੇ ਲੱਗ ਕੇ ਚੱਲ ਰਿਹਾ, ਸੰਗਤ ਦਾ ਹੁਕਮ ਆ ਅਤੇ ਗੁਰੂ ਮਹਾਰਾਜ ਦੀ ਛਤਰ ਛਾਇਆ ਮੂਹਰੇ ਆ, ਮੈਂ ਪਿੱਛੇ ਲੱਗ ਕੇ ਸੰਗਤਾਂ ਦੇ, ਜੋ ਸੰਗਤਾਂ ਵਿਚਾਰ ਦੇ ਰਹੀਆਂ, ਮੈਂ ਸੰਘਰਸ਼ ਕਰ ਰਿਹਾ ਅਤੇ ਤੁਹਾਡੇ ਸਹਿਯੋਗ ਦੀ ਲੋੜ ਆ, ਮੈਂ ਤਾਂ ਹਰ ਵੇਲੇ ਹਰ ਮੋਰਚੇ 'ਤੇ ਜਦੋਂ ਵੀ ਜਾਣਾ ਉਸ ਵੇਲੇ ਬਕਾਇਦਾ ਅਪੀਲਾਂ ਟੀਵੀ ਰਾਹੀਂ, ਅਖਬਾਰਾਂ ਰਾਹੀਂ ਕਰਕੇ ਫੇਰ ਤੁਰਦਾ, ਕੋਈ ਨਹੀਂ ਆ ਰਿਹਾ ਇਹ ਤਾਂ ਉਹੀ ਦੱਸ ਸਕਦਾ। ਪਰ ਤੁਸੀਂ ਇੱਕ ਇਹ ਵੀ ਬੇਨਤੀ ਹੈ ਕਿ ਸੰਗਤਾਂ ਜਿਹੜੀਆਂ ਵਿਦੇਸ਼ਾਂ 'ਚ ਵੱਸਦੀਆਂ ਨੇ ਨਾ, ਜਿਨ੍ਹਾਂ ਕੋਲ ਕੋਈ ਵੀ ਸੰਤ ਮਹਾਂਪੁਰਖ ਆਉਂਦੇ ਆ, ਕੋਈ ਵੀ ਪ੍ਰਚਾਰਕ ਆਉਂਦੇ ਆ, ਕੋਈ ਵੀ ਕੀਰਤਨੀ ਜਾਂ ਰਾਗੀ ਢਾਡੀ ਆਉਂਦੇ ਆ, ਤੁਸੀਂ ਸੰਗਤਾਂ ਹੀ ਜੋ ਉਹਨਾਂ ਨੂੰ ਸਤਿਕਾਰ ਦਿੰਦੇ ਹੋ, ਉਹਨਾਂ ਨੂੰ ਸਤਿਕਾਰ ਨਾਲ ਬੇਨਤੀ ਕਰ ਸਕਦੇ ਹੋ ਕਿ ਆਹ ਜਿਹੜਾ ਮਸਲਾ ਇਹ ਕਿਸੇ ਦਾ ਨਿੱਜੀ ਨਹੀਂ ਆ, ਜ਼ਮੀਨੀ ਜਾਇਦਾਦ ਦਾ ਨਿੱਜੀ ਮਸਲਾ ਨਹੀਂ ਕਿਸੇ ਦਾ, ਇਹ ਗੁਰੂ ਨਾਨਕ ਦੇ ਘਰ ਦਾ ਮਸਲਾ ਵਾ ਅਤੇ ਸਾਰਿਆਂ ਦਾ ਫਰਜ਼ ਬਣਦਾ, ਜੇ ਸਾਰੇ ਆਓ, ਸਾਰਿਆਂ ਦੇ ਸਹਿਯੋਗ ਦੀ ਲੋੜ ਆ, ਉਹ ਤੁਰਦੇ ਕਿਉਂ ਨਹੀਂ ਆ ਇਹ ਉਹੀ ਦੱਸ ਸਕਦੇ ਆ, ਤਾਂ ਅਸੀਂ ਤਾਂ ਸਤਿਕਾਰ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਸੰਤ ਮਹਾਂਪੁਰਖ, ਸਾਰੇ ਰਾਗੀ, ਢਾਡੀ, ਪ੍ਰਚਾਰਕ, ਆਗੂ ਆਉਣ, ਇਹ ਕੌਮ ਦਾ ਮਸਲਾ, ਪੰਥ ਦਾ ਮਸਲਾ, ਅਤੇ ਪੰਥ ਨੇ ਰਲ ਕੇ ਸੁਲਝਾਉਣਾ, ਕੋਈ ਕਿਉਂ ਨਹੀਂ ਆ ਰਿਹਾ ਇਹਦੇ ਬਾਰੇ ਬਿਹਤਰ ਉਹੀ ਜਵਾਬ ਦੇ ਸਕਦੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦੇ ਕੀ ਵਿਚਾਰ ਨੇ, ਤੇ ਦੂਜਾ ਬੇਨਤੀ ਸੀ ਕਿ ਅਸੀਂ ਅੰਮ੍ਰਿਤਸਰ ਸਾਹਿਬ ਵਿਖੇ, ਅੱਜ ਹੀ ਮੈਂ ਪੰਜਾਬ ਦੇ ਵਿੱਚ ਜਦੋਂ ਮੈਨੂੰ ਇੱਥੇ ਮੀਡੀਆ ਰਾਹੀਂ ਪਤਾ ਲੱਗਿਆ ਤੇ ਚੈਨਲ ਦੇ ਰਾਹੀਂ, ਇੱਥੋਂ ਸਿੱਖ ਚੈਨਲ ਦੇ ਰਾਹੀਂ, ਤਾਂ ਮੈਂ ਅੱਜ ਹੀ ਅਖਬਾਰਾਂ ਨੂੰ ਉੱਥੇ ਫੋਨ ਕਰਕੇ ਬਕਾਇਦਾ ਅੰਮ੍ਰਿਤਸਰ ਸਾਹਿਬ ਦੇ ਪੱਤਰਕਾਰਾਂ ਨੂੰ ਅਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੀ ਜਿਹੜੀ ਆ ਵਿਚਾਰ ਜ਼ਰੂਰ ਅਖਬਾਰਾਂ ਦੇ ਵਿੱਚ ਦਿਓ ਸਾਡੇ ਵੱਲੋਂ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਇਕ ਖਲ ਨਾਇਕ ਨਾ ਬਣੇ, ਗਰੀਬ ਸਿੱਖ ਜਿਹੜੇ ਆ ਆਪਣੇ ਕਿਰਤ ਕਰਦੇ ਹੋਏ ਸਮੇਂ 'ਚੋਂ ਸਮਾਂ ਕੱਢ ਕੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲ ਲਈ ਦਿਨ ਰਾਤ ਇੱਕ ਕਰਦੇ ਆ, ਅਤੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਦੇਣਾ ਜਾਂ ਉਹਨਾਂ 'ਤੇ ਮੁਕੱਦਮੇ ਦਰਜ ਕਰਾਉਣੇ, ਇਹ ਕੋਈ ਜਿਹੜੀ ਆ ਉਹ ਖਲ ਨਾਇਕ ਵਾਲੀ ਭੂਮਿਕਾ, ਇਹ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਨਹੀਂ ਆ। ਅਤੇ ਉਹਨਾਂ ਨੂੰ ਅਸੀਂ ਤਾਂ ਬਕਾਇਦਾ ਸਿੱਧਾ ਕਿਹਾ ਵੀ ਸਰਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ SGPC, ਕਿਉਂਕਿ ਉਹ ਕਹਿੰਦੇ ਆ ਜਿੰਨਾ ਚਿਰ ਨਵੀਂ ਨਹੀਂ ਬਣਦੀ ਉਨਾ ਚਿਰ ਮੈਂ ਹੀ ਹਾਂ,
ਤੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਖਲਨਾਇਕ ਵਾਲੀ ਭੂਮਿਕਾ ਨਾ ਨਿਭਾਉਣ, ਗਰੀਬ ਸਿੱਖਾਂ ਨੂੰ ਨਾਇਕ ਵਾਲੀ ਭੂਮਿਕਾ ਨਿਭਾਉਣ, ਜਿਹੜੇ ਵੈਸੇ ਤਾਂ ਉਹਨਾਂ ਦੇ ਜ਼ਿਆਦਾ ਕੰਮ ਖਲਨਾਇਕ ਹੀ ਹੁੰਦੇ ਆ, ਇਹ ਵੀ ਸੰਗਤਾਂ ਨੂੰ ਪਤਾ ਹੀ ਆ, ਨਾਇਕ ਵਾਲੇ ਘੱਟ ਹੁੰਦੇ ਆ, ਤਾਂ ਇਹ ਜਿਹੜੇ ਸਿੱਖਾਂ ਨਾਲ ਹੋ ਰਿਹਾ ਇਹ ਬਿਲਕੁਲ ਧੱਕਾ ਵਾ, ਉਹ ਸਤਿਕਾਰ ਕਮੇਟੀ ਦੇ ਨਾਲ ਜਿਹੜਾ ਕੀਤਾ ਜਾ ਰਿਹਾ, ਹੁਣ ਉਹ ਆਪਦੇ ਗਿਣੇ ਚੁਣਵੇਂ ਬੰਦਿਆਂ ਨੂੰ ਫੜ ਫੜ ਕੇ ਅਤੇ ਸਤਿਕਾਰ ਕਮੇਟੀ ਦੇ ਖਿਲਾਫ ਇਹੋ ਜਿਹੀ ਬਿਆਨਬਾਜ਼ੀ ਕਰਵਾ ਰਹੇ ਆ, ਜਿਹੜੀ ਕਿ ਬਹੁਤ ਹੀ ਮੰਦਭਾਗੀ ਗੱਲ ਆ। ਜੇਕਰ ਉਹਨਾਂ ਦੀ ਉਹ ਪ੍ਰੈਸ ਦੇ ਉੱਤੇ ਕੋਈ ਬੇਅਦਬੀ ਦੀ ਗੱਲ ਹੋ ਰਹੀ ਸੀ, ਜੇ ਸਿੱਖਾਂ ਨੇ ਸਾਹਮਣੇ ਲਿਆਉਂਦੀ ਤਾਂ ਉਹ ਬੇਅਦਬੀ ਨੂੰ ਰੋਕਣਾ ਚਾਹੀਦਾ ਵਾ, ਔਰ ਨਾਲੇ ਮਿਲ ਬੈਠ ਕੇ ਗੱਲ ਜਿਹੜੀ ਆ ਹੱਲ ਕਰਨੀ ਚਾਹੀਦੀ ਆ। ਤੁਰੰਤ ਉਹ ਜਿਹੜਾ ਕੇਸ ਆ ਸਿੱਖਾਂ ਦੇ ਬਣਾਇਆ ਸਤਿਕਾਰ ਕਮੇਟੀ ਦੇ, ਉਹਨੂੰ ਖਾਰਜ ਕਰਾਉਣਾ ਚਾਹੀਦਾ ਅਤੇ ਜਿਹੜੇ ਸਿੱਖ ਆ ਉਹਨਾਂ ਨੂੰ ਬਾਇੱਜ਼ਤ ਬਰੀ ਜਿਹੜਾ ਰਿਹਾਅ ਕਰਵਾਉਣਾ ਚਾਹੀਦਾ। ਅੱਜ ਹੀ ਅਸੀਂ ਅਖਬਾਰਾਂ ਨੂੰ ਪੰਜਾਬ ਦੇ ਵਿੱਚ, ਸ਼ਾਇਦ ਉਹ ਕੱਲ੍ਹ ਨੂੰ ਜਿਹੜੇ ਪੰਜਾਬ 'ਚ ਅਖਬਾਰ ਪੇਪਰ ਛਪਦੇ ਆ ਉਹਨਾਂ 'ਤੇ ਆ ਵੀ ਜਾਣੀ ਆ ਬੇਨਤੀ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ ਵਾਲੀ ਫਤਿਹ। ਹਾਂਜੀ, ਅਗਲੀ ਕਾਲ ਵੱਲ ਚੱਲਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੌਣ ਸਿੰਘ ਬੋਲ ਰਿਹਾ ਤੇ ਕਿੱਥੇ ਬੋਲ ਰਹੇ ਹੋ ਜੀ? ਹਾਂਜੀ, ਮੈਂ ਪਾਕਸ ਟੂਰ ਜਰਮਨੀ ਤੋਂ ਬੋਲ ਰਿਹਾ। ਹਾਂਜੀ ਭਾਈ ਸਾਹਿਬ, ਵੈਲਕਮ ਕਰਦੇ, ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ? ਬਸ ਜੀ, ਦੋ ਸਾਲ ਨੇ ਬਾਬਾ ਜੀ ਨਾਲ ਗੱਲ ਤਾਂ ਅਸੀਂ ਹੈਗਾ ਹਰਿਆਣੇ ਤੋਂ, ਤੇ ਬਾਬਾ ਜੀ ਜਾਂਦੇ ਹੁੰਦੇ ਨੇ ਚਾਂਦਪੁਰ ਦੇ ਜਿੱਥੇ ਦਰਸ਼ਨ। ਹਾਂਜੀ ਹਾਂਜੀ ਹਾਂਜੀ, ਅਸੀਂ ਉੱਥੋਂ ਨਾਲ ਹੀ ਆ, ਸਾਡਾ ਢੋਣਾ ਸਵਾਲ ਇਸ ਗੱਲ ਦਾ ਰਹਿ ਜਾਂਦਾ ਹੈ ਕਿ ਇੱਕ ਅੰਮ੍ਰਿਤ ਦੀ ਦਾਤ ਜਦੋਂ ਛਕ ਲਈ ਆਪਾਂ, ਜਿਸ ਵੀ ਅੰਮ੍ਰਿਤ ਦੀ ਦਾਤ ਮਿਲ ਜਾਂਦੀ ਹੈ, ਉਹਦੇ ਵਿੱਚ ਸਿਰਫ ਔਰ ਸਿਰਫ ਇਹੀ ਗੱਲਾਂ ਕਰੀਆਂ ਜਾਂਦੀਆਂ ਨੇ, ਇੱਕ ਤੁਸੀਂ ਸਤਿਕਾਰ ਰੱਖਣੀ ਹੈ, ਪ੍ਰੇਮ ਰੱਖਣਾ ਹੈ, ਇੱਕ ਰਹਿਤ ਮਰਿਆਦਾ ਚ ਰਹਿਣਾ ਹੈ, ਤੇ ਇੱਕ ਨਿਡਰ ਹੋ ਜਾਣਾ ਹੈ। ਹਾਂਜੀ, ਸਵਾਲ ਤੁਹਾਡਾ ਸਮਝ ਲੱਗ ਗਿਆ, ਤੇ ਹੋਰ ਤੇ ਨਹੀਂ ਕੁਛ ਕਹਿਣਾ ਚਾਹੁੰਦੇ ਜੀ? ਹਾਂਜੀ, ਇਹ ਹੈਗਾ ਕਿ ਉਹ ਅਮਰਿਤ ਧਾਰੀ ਸਿੰਘ ਨੇ ਸਾਡੇ ਕੱਲ ਉਹਨਾਂ ਦੇ ਵਿੱਚ ਡਰ ਕਿਉਂ ਪੈਦਾ ਹੋ ਗਿਆ? ਹਾਂਜੀ, ਕੋਈ ਨਹੀਂ ਬਾਬਾ ਜੀ। ਹਾਂ ਦੇਖੋ ਜੀ, ਜਿਹੜੀ ਗੱਲ ਡਰ ਦੀ ਹੈ ਨਾ, ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੇ ਬਚਨ ਕੀਤਾ ਕਿ ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਨੂੰ ਜਪਦੇ ਹੋ ਤੇ ਸਾਰੇ ਡਰ ਜਿਹੜੇ ਪਏ ਆ ਉਹ ਖਤਮ ਕਰਦੇ ਹੋ। ਤੇ ਰਹੀ ਗੱਲ ਸਰਕਾਰਾਂ ਦੇ ਡਰ ਦੀ ਜਾਂ ਇਹੋ ਜਿਹੇ ਲੋਕਾਂ ਦੀ ਡਰ ਜਿਹੜੇ ਸਿੱਖ ਵਿਰੋਧੀ ਆ, ਗੁਰਬਾਣੀ ਦਾ ਭਰੋਸਾ ਲੈ ਕੇ ਸਾਨੂੰ ਚੱਲਣਾ ਚਾਹੀਦਾ, ਡਰਨਾ ਨਹੀਂ ਚਾਹੀਦਾ। ਜੇ ਕੋਈ ਡਰਦਾ ਉਹਨੂੰ ਡਰ ਕੱਢ ਦੇਣਾ ਚਾਹੀਦਾ। ਗੁਰਬਾਣੀ ਦੇ ਬਚਨ ਆ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਬ ਦਿਜੈ, ਜਾਮ ਗੁਰੂ ਹੋਏ ਵੱਲ ਤਾਂ ਲੱਖ ਬਾਹੇ ਕਿਆ ਕਿਜੈ। ਦਾਸ ਕਈ ਵਾਰੀ ਸਟੇਜਾਂ ਤੇ ਬੇਨਤੀ ਕਰ ਚੁੱਕਿਆ ਦੇਸਾਂ ਪਰਦੇਸਾਂ ਚ ਸੱਜ ਦੇ ਦੀਵਾਨਾਂ ਵਿੱਚ ਕਿ ਜਿਹੜੇ ਵਾਹਿਗੁਰੂ ਨੇ ਸਵਾਸ ਬਖਸ਼ੇ ਆ, ਦੁਨੀਆਂ ਦੀ ਕੋਈ ਤਾਕਤ ਤੁਹਾਡੇ ਤੋਂ ਖੋ ਨਹੀਂ ਸਕਦੀ। ਤੇ ਜਿੱਦਣ ਵਾਹਿਗੁਰੂ ਵੱਲੋਂ ਸਵਾਸ ਖਤਮ ਹੋ ਗਏ, ਭਾਵੇਂ ਦੁਨੀਆਂ ਦੀ ਕਿਸੇ ਤਾਕਤ ਦੇ ਨਾਲ ਤੁਹਾਡੀ ਦੋਸਤੀ ਹੋਵੇ, ਫਰੈਂਡਸ਼ਿਪ ਹੋਵੇ, ਦੁਨੀਆਂ ਦੀ ਉਸ ਤਾਕਤ ਨੇ ਤੁਹਾਨੂੰ ਬਚਾ ਨਹੀਂ ਲੈਣਾ। ਇਸ ਕਰਕੇ ਸਾਨੂੰ ਡਰ ਕੱਢ ਦੇਣਾ ਚਾਹੀਦਾ, ਨਿਰਭਉ ਹੋ ਕੇ, ਨਿਡਰ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇਣਾ ਚਾਹੀਦਾ। ਭੈ ਕਾਹੂ ਕੋ ਦੇਤਨਾ ਨਹਿ ਭੈ ਮਾਨ ਧਿਆਨ, ਇਸ ਬਚਨਾਂ ਤੇ ਪਹਿਰਾ ਗੁਰੂ ਤੇ ਭਰੋਸਾ ਕਰਕੇ ਸਾਨੂੰ ਚੱਲਣਾ ਚਾਹੀਦਾ। ਸਰਕਾਰਾਂ ਦਾ ਡਰ ਕਾਹਦਾ? ਸਰਕਾਰ ਭਾਵੇਂ ਅਸੀਂ ਤਾਂ ਜਦੋਂ ਵੀ ਤੁਰਦੇ ਹਾਂ ਮੋਰਚੇ ਤੇ ਬੇਨਤੀ ਕਰਕੇ ਸੰਗਤਾਂ ਨੂੰ ਤੁਰੀਦਾ ਕਿ ਸਰਕਾਰ ਭਾਵੇਂ ਲਾਠੀਆਂ ਭਰਾਵੇ ਤੇ ਭਾਵੇਂ ਡਾਂਗਾਂ ਭਰਾਵੇ ਤੇ ਭਾਵੇਂ ਅਥਰੂ ਗੈਸ ਛੱਡੇ, ਭਾਵੇਂ ਮੁਕੱਦਮੇ ਪਾਵੇ, ਭਾਵੇਂ ਜੇਲ੍ਹਾਂ 'ਚ ਡੱਕੇ, ਭਾਵੇਂ ਫਾਂਸੀਆਂ 'ਤੇ ਚੜ੍ਹਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕਣਾ ਜਾਵੇ, ਸਾਨੂੰ ਉਸ ਸਿਧਾਂਤ 'ਤੇ ਪਹਿਰਾ ਦੇਣਾ ਚਾਹੀਦਾ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਹ ਧਾਰਨਾ ਅਕਸਰ ਪੜ੍ਹਿਆ ਕਰਦੇ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਅਕਸਰ ਇਹ ਧਾਰਨਾ ਪੜ੍ਹਿਆ ਕਰਦੇ। ਸਾਨੂੰ ਇਹਨਾਂ ਬਚਨਾਂ ਨੂੰ ਹਿਰਦੇ 'ਚ ਵਸਾਉਣਾ ਚਾਹੀਦਾ ਅਤੇ ਕੁਰਬਾਨੀ ਦੇ ਰਾਹ ਤੋਂ ਕਦੇ ਪਛਾਣ ਨਹੀਂ ਹਟਣਾ ਚਾਹੀਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਤੇਗ ਦੀ ਧਾਰ 'ਚੋਂ ਖਾਲਸਾ ਪੈਦਾ ਕੀਤਾ ਵਾ। ਹਾਂਜੀ ਬਾਬਾ ਜੀ, ਅੱਜ ਕੱਲ੍ਹ ਜਿੱਦਾਂ ਇਹ ਵੀ ਬਹੁਤ ਦੇਖਣ ਨੂੰ ਆਉਂਦਾ, ਜਿੱਦਾਂ ਆਮ ਸਿੱਖ ਵੀ ਜਾਂ ਜਥੇਬੰਦੀਆਂ ਵੀ ਉਹ ਇਹ ਚਾਹੁੰਦੀਆਂ ਕਿ ਜਦੋਂ ਕੋਈ ਗੱਲ ਕਰਦੀਆਂ ਬਈ ਫਲਾਨਾ ਆ ਕਿਉਂ ਨਹੀਂ ਕਰਦਾ, ਪਰ ਜਿੱਦਾਂ ਮੇਰਾ ਆਪਣਾ ਇਹ ਵਿਚਾਰ ਆ, ਮੇਰਾ ਸਵਾਲ ਵੀ ਹੈ ਤੁਹਾਨੂੰ ਕਿ ਹਰ ਸਿੱਖ ਇਹ ਕਦੇ ਨਹੀਂ ਸੋਚਦਾ ਕਿ ਮੈਂ ਆਪਣਾ ਫਰਜ਼ ਪਛਾਣਾ, ਬਿਲਕੁਲ ਇਹੀ ਬੇਨਤੀ ਦਾਸ ਕਰਨੀ ਚਾਹੁੰਦਾ ਕਿ ਜੋ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੋਂ ਸੇਵਾ ਲੈ ਰਹੇ, ਆਪਾਂ ਕਰ ਰਹੇ ਹਾਂ ਮਹਾਰਾਜ ਸੇਵਾ ਲੈ ਰਹੇ ਆ, ਤੇ ਸਾਰਿਆਂ ਨੂੰ ਇਸ ਤਰ੍ਹਾਂ ਸੋਚ ਕੇ ਵੀ ਮੈਨੂੰ ਕੁਛ ਕਰਨਾ ਚਾਹੀਦਾ। ਇਹ ਨਹੀਂ ਹੋਵੇ ਵੀ ਭਗਤ ਸੋ ਸੂਰਮਾ ਪਰ ਜੰਮੇ ਗੁਆਂਢੀਆਂ ਦੇ, ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਕੋਈ ਉੱਠੂਗਾ ਸੂਰਮਾ, ਕੋਈ ਕਰੂਗਾ ਕੁਰਬਾਨੀ, ਵੀ ਤੈਨੂੰ ਮਾਂ ਨੇ ਪਰੌਂਠਾ ਖਾਣ ਨੂੰ ਜੰਮਿਆ, ਹਾਂ ਵੀ ਤੈਨੂੰ ਮਾਂ ਨੇ ਪਰੌਂਠਾ ਖਾਣ ਨੂੰ ਜੰਮਿਆ, ਵੀ ਤੂੰ ਕੁਛ ਨਹੀਂ ਕਰਨਾ। ਹਰ ਸਿੱਖ ਨੂੰ ਆਪਣਾ ਬਣਦਾ ਫਰਜ਼, ਜਿਸ ਦਿਨ ਇਹ ਗੱਲ ਕੌਮ ਵਿੱਚ ਆ ਜੂਗੀ
उस दिन कौम दे गलों गुलामी भी ले जानी है, अपना घर भी खालसा राज स्थापित हो जाना, आजादी भी हो जानी, साडे गुरधाम भी आजाद। बस यही स्पिरिट नू पैदा करने लई, जागरूकता लई असीं दिन रात संघर्ष कर रहे हैं कि कौम दे अंदर ਇਹ ਭਾਵਨਾ ਪੈਦਾ ਹੋ ਜਾਏ, ਇਹ ਜਾਗਰੂਕਤਾ ਆ ਜਾਏ। ਪਰ ਜਿਹੜੀਆਂ ਇਹ ਸਿੱਖ ਵਿਰੋਧੀ ਸੰਸਥਾਵਾਂ ਆਰਐਸਐਸ ਬੀਜੇਪੀ ਇਹ ਨਹੀਂ ਆਉਣ ਦਿੰਦੇ, ਤੇ ਜਿੱਦਾਂ ਉਹ ਪ੍ਰਕਾਸ਼ ਬਾਦਲ ਦਾ ਨਾਂ ਲਿਆ, ਉਹ ਲੋਕ ਨਹੀਂ ਇਹ ਜਿਹੜੀ ਚੇਤਨਤਾ ਜਾਗਰੂਕਤਾ ਆਉਣ ਦੇਣੀ ਚਾਹੁੰਦੇ, ਕਿਉਂਕਿ ਉਹਨਾਂ ਨੂੰ ਆਪਣੇ ਰਾਜ ਭਾਗ ਜਿਹੜੇ ਉਹ ਖੁਸ਼ ਦੇ ਨਜ਼ਰ ਆਉਂਦੇ ਆ। ਹੁਣ ਦੇਖੋ ਕਿੰਨੇ ਭਰੇ ਮਨ ਨਾਲ ਸਿੱਖ ਨੇ ਇਹ ਗੱਲ ਔਨ ਏਅਰ ਮਤਲਬ ਜਿਹੜਾ ਹੈ ਟੀਵੀ ਚੈਨਲ ਤੇ ਕਹੀ ਆ, ਕਿੱਡਾ ਉਹਦਾ ਮਨ ਦੁਖੀ ਹੋਊ ਉਸ ਬੰਦੇ ਤੋਂ, ਹੈਨਾ ਵੀ ਜਿਹੜਾ ਕੌਮ ਨੂੰ ਤੇ। ਪਰ ਫਿਰ ਵੀ ਦੇਖਿਆ, ਫਿਰ ਵੀ ਹੈਰਾਨ ਹੋਈਦਾ ਕਿ ਜਦੋਂ ਇਲੈਕਸ਼ਨ ਹੁੰਦੀ ਆ ਤੇ ਵੋਟਾਂ ਫਿਰ ਪ੍ਰਕਾਸ਼ ਬਾਦਲ ਨੂੰ ਪੈ ਜਾਂਦੀਆਂ ਨੇ। ਪਰ ਇਹ ਵੀ ਗੱਲ ਨਹੀਂ ਆ, ਬਹੁਤ ਸਿੱਖ ਹੁਣ ਦੇਖੋ ਜੇ ਆਪਾਂ ਐਸਜੀਪੀਸੀ ਇਲੈਕਸ਼ਨ ਦੀ ਗੱਲ ਲਾਈਏ ਤਾਂ 21-21 ਲੱਖ ਵੋਟ ਜਿਹੜੀ ਉਹ ਬਾਦਲ ਨੂੰ ਪਈ ਆ ਤੇ 15 ਕੁ ਲੱਖ ਦੇ ਕਰੀਬ ਜਿਹੜੀ ਉਹਦੇ ਖਿਲਾਫ਼ ਪਈ ਆ। ਆਪਾਂ ਉਹ ਚੜ੍ਹਦੀ ਕਲਾ ਵਾਲੇ ਪੰਥ ਦਰਦੀ ਸਿੱਖ ਨੇ ਜਿਹਨਾਂ ਨੇ ਉਹਦੇ ਖਿਲਾਫ਼ ਵੋਟ ਪਾਈ ਆ, ਪੰਥ ਦਾ ਦਰਦ ਆਵਾਜ਼ ਹੈਗੀ ਆ ਪਰ ਦੱਬੀ ਹੋਈ ਆ। ਹਾਂ ਦੱਬੀ ਹੋਈ ਆ। ਆਪਾਂ ਇੱਕ ਆਖਰੀ ਕਾਲ ਵੱਲ ਚੱਲਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹੈਲੋ, ਕਾਲ ਸ਼ਾਇਦ ਡਰਪ ਹੋ ਗਈ ਕਿਉਂਕਿ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ। ਦੇਖੋ ਜਿਹੜੀ ਗੱਲ ਜਿਹੜੀ ਹੈ ਨਾ ਰਘਵੀਰ ਸਿੰਘ ਜੀ, ਉਹ ਕਿੰਨੇ ਭਰੇ ਮਨ ਨਾਲ ਸਿੱਖ ਨੇ ਗੱਲ ਕਹੀ ਆ। ਹਰ ਸਿੱਖ ਵਿਦੇਸ਼ਾਂ 'ਚ ਬੈਠੇ ਸਿੱਖ, ਅਸੀਂ ਇਹ ਸੋਚਦੇ ਹੁੰਦੇ ਹਾਂ ਵੀ ਜੇ ਵਿਦੇਸ਼ਾਂ ਵਾਲੇ ਸਿੱਖ ਆਪੋ ਆਪਣੇ ਪਰਿਵਾਰਾਂ ਨੂੰ ਇੰਡੀਆ 'ਚ ਜਾਗਰੂਕ ਕਰ ਦੇਣ ਤੇ ਉੱਥੇ ਜਿਹੜੀ ਅਸਲ ਪੰਥਕ ਸਰਕਾਰ ਉਹ ਬਣ ਸਕਦੀ ਆ। ਪਰ ਜੇ ਕਦੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀਆਂ ਵੋਟਾਂ ਪੈਣੀਆਂ ਹੋਣ ਤਾਂ ਸਾਨੂੰ ਪਤਾ ਵੀ ਪ੍ਰਕਾਸ਼ ਸਿੰਘ ਬਾਦਲ ਤਾਂ ਕਦੇ 7 ਜਨਮ ਵੀ ਸੱਤਾ 'ਚ ਨਹੀਂ ਆ ਸਕਦਾ, ਕਿਉਂਕਿ ਇੱਧਰ ਦੇ ਜਾਗਰੂਕ ਸਿੱਖਾਂ ਨੂੰ ਉਹਦੇ ਸਾਰੇ ਕਾਰਨਾਮਿਆਂ ਦਾ ਪਤਾ ਵਾ, ਉੱਧਰ ਦੇ ਸਿੱਖ ਵਿਚਾਰੇ ਭੋਲੇ ਭਾਜ। ਪਰ ਬਾਕੀ ਦੂਜੀ ਗੱਲ ਇਹ ਵੀ ਆ ਕਿ ਸਾਹਮਣੇ ਕਾਂਗਰਸ ਇੱਕ ਪਾਸੇ ਖੂਹ ਇੱਕ ਪਾਸੇ ਖਾਤਾ, ਹੁਣ ਤੀਜਾ ਬਦਲ ਵੀ ਕੋਈ ਨਹੀਂ ਪੰਜਾਬ 'ਚ, ਜਾਂ ਤਾਂ ਕੋਈ ਤੀਜਾ ਬਦਲ ਆ। ਅਸੀਂ ਤਾਂ ਹੁਣ ਕਿਹਾ ਸੀਗਾ ਬਕਾਇਦਾ ਆਪਣਾ ਬੰਗਲਾ ਸਾਹਿਬ ਕਥਾ ਸੀ 29 ਤੇ 30 ਤਰੀਕ ਨੂੰ ਸਵੇਰੇ 7:30-8:30 ਦਿੱਲੀ ਤੋਂ, ਜਿਹੜੀ ਚੜ੍ਹਦੀ ਕਲਾ ਟਾਈਮ ਟੀਵੀ ਰਾਹੀਂ ਪੂਰੇ ਵਰਲਡ ਤੇ ਟੈਲੀਕਾਸਟ ਹੋ ਰਹੀ ਸੀ, ਤੇ ਉਹਦੇ 'ਚ 29 ਤਰੀਕ ਨੂੰ ਅਸੀਂ ਬੇਨਤੀ ਕੀਤੀ, ਅਸੀਂ ਕਿਹਾ ਵੀ ਜਿਹੜੇ ਕਾਂਗਰਸ ਨੂੰ ਕਹਿੰਦੇ ਨਹੀਂ ਪਾਉਣੀ ਵੀ ਇਹ ਸਿੱਖ ਵਿਰੋਧੀ ਆ ਤੇ ਵੋਟ ਪੰਥ ਨੂੰ ਪਾਉਣੀ ਆ, ਤੇ ਅਸੀਂ ਕਿਹਾ ਉਹਨਾਂ ਵੀਰਾਂ ਨੂੰ ਸਾਡੀ ਬੇਨਤੀ ਆ, ਅਸੀਂ ਨਹੀਂ ਕਹਿੰਦੇ ਕਾਂਗਰਸ ਨੂੰ ਵੋਟ ਪਾਓ, ਅਸੀਂ ਨਹੀਂ ਕਹਿੰਦੇ ਬਾਦਲ ਨੂੰ ਪਾਓ, ਅਸੀਂ ਨਹੀਂ ਕਹਿੰਦੇ ਉਹਨਾਂ ਨੂੰ ਨਾ ਪਾਓ, ਅਸੀਂ ਇਹ ਕਹਿੰਦੇ ਵੀ ਜਿਹੜੇ ਕਹਿੰਦੇ ਪੰਥ ਨੂੰ ਪਾਉਣੀ ਆ। ਪਰ ਪੰਥ ਦੀ ਗੱਲ ਤਾਂ ਸਿਮਰਨਜੀਤ ਮਾਨ ਕਹਿ ਰਿਹਾ, ਉਹ ਫਤਿਹਗੜ੍ਹ ਸਾਹਿਬ ਤੋਂ ਖੜਾ ਸੀਗਾ, ਉਹ ਤਾਂ ਸਿੱਧਾ ਕਹਿ ਰਿਹਾ ਵੀ ਖਾਲਸਾ ਰਾਜ ਦੇ ਨਾਂ ਤੇ ਖਾਲਿਸਤਾਨ ਦੇ ਨਾਂ ਤੇ ਵੋਟ, ਫਿਰ ਉਹਨੂੰ ਕਿਉਂ ਨਹੀਂ ਪਾਉਂਦੇ ਵੋਟ? ਇਹ ਬਾਬਾ ਜੀ ਪੰਥ ਦੀ ਗੱਲ, ਜਿਹੜੀ ਪੰਥ ਨੂੰ ਵੋਟ ਪਾਉਣੀ ਫਿਰ ਉਹਨੂੰ ਪਾ ਦੇ, ਉਹਦੇ ਕੈਂਡੀਡੇਟ ਖੜੇ ਸੀਗੇ ਉਹਨਾਂ ਨੂੰ ਵੋਟ ਪਾ ਦੇ। ਇੱਥੇ ਡਿਬੇਟਾਂ ਵੀ ਹੋਈਆਂ ਚੋਣਾਂ ਤੋਂ ਪਹਿਲਾਂ ਚੈਨਲਾਂ ਨੇ, ਸਾਰਿਆਂ ਨੇ ਮਤਲਬ ਰੇਡੀਓ ਦੇ ਵੀ ਹਰ ਇੱਕ। ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਪੰਥਕ ਜਥੇਬੰਦੀਆਂ ਦੇ ਇਸ਼ਤਿਹਾਰ ਆਏ ਆ ਕਿ ਤੁਸੀਂ ਚੰਗਾ ਬੰਦਾ ਦੇਖ ਕੇ ਵੋਟ ਪਾ ਦਿਓ, ਹੈ ਨਾ। ਅਤੇ ਇਹੀ ਗੱਲ ਮਤਲਬ ਆਪਾਂ ਉਹਦਾ ਨਾਂ ਨਹੀਂ ਲੈਣਾ ਚਾਹੁੰਦੇ, ਸਿਰਸੇ ਵਾਲੇ ਸਾਧ ਦਾ ਬਿਆਨ ਇੰਡੀਆ 'ਚ ਲੱਗਾ ਵੀ ਤੁਸੀਂ ਮੇਰੇ ਕੋਲ ਸਾਰੇ ਆਏ, ਤੁਸੀਂ ਚੰਗਾ ਕੈਂਡੀਡੇਟ ਨੂੰ ਦੇਖ ਕੇ ਬੋਲੋ। ਜਿਹੜੀਆਂ ਸੰਸਥਾਵਾਂ ਕੌਮ ਲਈ ਜੂਝ ਰਹੀਆਂ ਆ, ਜਿਹੜੇ ਵਿਅਕਤੀ ਕੌਮ ਲਈ ਜੂਝ ਰਹੇ ਆ, ਉਹ ਇੱਕ ਸਟੈਂਡ ਕਿਉਂ ਨਹੀਂ ਲੈ? ਚਲੋ ਮੰਨ ਲਓ ਇੱਕ ਕੋਈ ਧਿਰ ਬਾਦਲ ਨੂੰ ਕਹਿੰਦੀ ਅਸੀਂ ਇਹਨਾਂ ਅਲਾਇੰਸ ਹੋ ਗਿਆ, ਅਸੀਂ ਉਹਨੂੰ ਵੋਟ ਪਾਉਣੀ ਆ। ਜਿਹੜੇ ਕਹਿੰਦੇ ਖਾਲਿਸਤਾਨ ਨੇ ਮਾਨ ਸਾਹਿਬ ਦਾ ਬਿਆਨ ਲੱਗਾ ਕਿ ਮੈਂ ਯੂਰਪ ਦੇ ਸਿੱਖਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੀ ਇੱਥੇ ਤਾਂ ਕਿਸੇ ਨਾਲ ਹੋ ਸਕਦੀ ਲਾਡ ਆਡ ਕੋਈ ਗੱਲਬਾਤ ਹੋ ਸਕਦੀ, ਤੁਸੀਂ ਮੈਨੂੰ ਵੋਟ ਕਿਉਂ ਨਹੀਂ ਪਾਉਂਦੇ? ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਤਾਂ ਉਹਨਾਂ ਨਾਲ ਜੋੜ ਨਹੀਂ ਸਕਦੇ, ਹੈ ਨਾ। ਮੇਰਾ ਮਤਲਬ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ। ਪਰ ਇੱਕ ਇਹ ਵੀ ਗੱਲ ਆ, ਕਹਿਣੀ ਚਾਹੁੰਦੇ ਹਾਂ, ਦੇਖੋ ਸਮੇਂ ਸਮੇਂ ਨਾ ਆਗੂਆਂ ਨੇ ਅਗਵਾਈ ਕੀਤੀ, ਪਰ ਸਮੇਂ ਸਮੇਂ ਕੁਛ ਐਸੇ ਜਿਹੜੇ ਦੁਖਾਂਤ ਵਾਪਰੇ, ਗਲਤੀਆਂ ਹੋਈਆਂ, ਜਿਨ੍ਹਾਂ ਕਰਕੇ ਕੌਮ ਦਾ ਵਿਸ਼ਵਾਸ ਨਹੀਂ ਵੱਧ ਰਿਹਾ। ਤੇ ਦੂਜੀ ਗੱਲ ਇਹ ਵੀ, ਅੱਜ ਹਾਲਾਤ ਜਿਹੜੇ ਸਿੱਖ ਕੌਮ ਦੇ, ਨਾ ਕਿਸੇ ਵਿਦਵਾਨ ਦੀ ਲਿਖਤ ਪੜ੍ਹ ਰਿਹਾ ਸੀ ਦਾਸ, ਤਾਂ ਉਹ ਤੇ ਲਿਖਿਆ ਸੀ ਵੀ ਇੱਕ ਮੰਝ ਦਾ ਦਰਿਆ ਦੇ ਵਿੱਚ ਬੇੜੀ ਸੀ, ਤੇ ਬੇੜੀ ਜਿਹੜੀ ਸੀ ਉਹ ਮਲਾਹ ਸੌ ਗਿਆ, ਤੇ ਜਿਹੜੇ ਕਿਸੇ ਨੇ 2-4 ਚੱਪੂ ਮਾਰਤੇ, ਤੇ ਜਿਹੜੇ ਬੇੜੀ ਦੇ ਸਵਾਰ ਸੀ ਉਹਨਾਂ ਸੋਚਿਆ ਉਹਨਾਂ ਨੇ ਉਹਨੂੰ ਹੀ ਪੈਸੇ ਦੇਣੇ, ਮਾਲਾ ਮਾਲ ਕਰ ਦਿੱਤਾ, ਤੇ ਇਹੀ ਹੁਣ ਲਾਊ। ਪਰ ਮਲਾਹ ਬਿਨਾਂ ਬੇੜੀ ਕਿੱਥੇ ਪਾਰ ਲੱਗਦੀ ਆ? ਸਾਡੀ ਕੌਮ ਦਾ ਹਾਲ ਇਹ ਆ, ਕੁਝ ਕੁ ਬੰਦੇ ਐਸੇ ਵਿੱਚ ਪ੍ਰਵੇਸ਼ ਹੁੰਦੇ ਆ, ਉਹ 4 ਕੁ ਬਿਆਨ ਦਾਗਦੇ ਆ, 4 ਕੁ ਮਤਲਬ ਗੱਲਾਂ ਕਰਦੇ ਆ, ਤੇ ਕੌਮ ਨੂੰ ਆਸ ਜਾਗਦੀ ਸ਼ਾਇਦ ਇੱਧਰੋਂ ਕੋਈ ਬੂਰ ਲੱਗੂਗਾ, ਉਹ ਆਪਣਾ ਕੰਮ ਸੈੱਟ ਕਰਕੇ ਆਪਦਾ ਪਾਸੇ, ਚਾਹੇ ਕੋਈ ਉਹ ਸੰਤ ਆ ਚਾਹੇ ਲੀਡਰ ਆ, ਉਹ ਆਪਦਾ ਕੰਮ ਕੱਢ ਕੇ ਤੇ ਆਪਦਾ ਸਵਾਰਥ ਪੂਰਾ ਕਰਕੇ ਪਾਸੇ ਹੋ ਜਾਂਦੇ, ਕੌਮ ਦੀ ਬੇੜੀ ਫਿਰ ਮੰਝ ਧਾਰ 'ਚ ਰਹਿ ਜਾਂਦੀ। ਅੱਜ ਸਾਨੂੰ ਇਹ ਵੀ ਚੀਜ਼ ਪਛਾਣਨੀ ਪਊ, ਅਸੀਂ ਤਾਂ ਹੈਰਾਨ ਆ ਕਈ
ਗਾਉਣ ਵਾਲੇ ਗਾਇਕ ਚੰਗੇ ਗਾਣੇ ਗਾਉਂਦੇ ਆ, ਚਲੋ ਚੰਗੀ ਗੱਲ ਆ, ਹਨਾ, ਆਪਾਂ ਧੰਨਵਾਦ ਵੀ। ਪਰ ਉਹੀ ਗਾਇਕ ਜਿਹੜੇ ਕਦੇ ਸੂਰਮਿਆਂ ਦੇ ਗਾਣੇ ਗਾਉਂਦੇ, ਕਦੇ ਉਹ ਯੋਧਿਆਂ ਦੀ ਗੱਲ ਕਰਦੇ, ਤੇ ਉਹੀ ਫਿਰ ਸੂਰਮਿਆਂ ਦੇ ਕਾਤਲਾਂ ਦੇ ਗੁਣ ਗਾਉਂਦੇ। ਬੇਅੰਤ ਸਿੰਘ ਦੀ ਆ, ਦੇਖੋ ਤੁਹਾਡੇ ਸਾਹਮਣੇ ਆ, ਉਹ ਵੀ ਤੁਹਾਡੇ ਸਾਹਮਣੇ ਆ। ਦੇਖੋ ਹੁਣ ਉਹ ਜਿਹੜਾ ਕਹਿੰਦਾ ਸੀ ਕਿ ਸੁਰੰਗਾਂ ਪੱਟ ਕੇ ਲੰਘੇ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ, ਜਾਂ ਜਿਹੜੇ ਕੌਮ ਦੇ ਕਾਤਲ ਆ ਉਹ ਲਹਿਰਾਉਂਦੇ ਫਿਰਦੇ ਝੰਡੇ, ਤੇ ਜਿਹੜੇ ਕੌਮ ਦੇ ਹੀਰੇ, ਉਹ ਦੱਸੋ ਉਹ ਕਿਉਂ ਸੂਲੀ ਟੰਗੇ? ਤੇ ਅੱਜ ਉਹੀ ਉਹ ਕੌਮ ਦੇ ਕਾਤਲਾਂ ਨੂੰ ਕਹਿ ਰਿਹਾ ਸ਼ਹੀਦ ਹੀ ਬੇਅੰਤ ਸਿੰਘ ਆ, ਬਕਾਇਦਾ ਅਖਬਾਰਾਂ ਚ ਪੇਪਰਾਂ ਚ ਸਟੇਜਾਂ ਤੇ ਜਾ ਕੇ ਗਾਇਆ, ਉਹਨਾਂ ਲਈ ਵੋਟਾਂ ਮੰਗੀਆਂ। ਤੇ ਪਰ ਜਦੋਂ ਉਹ ਗਾਣਾ ਜਿਹਾ ਕੋਈ ਇਦਾਂ ਦਾ ਗਾਉਂਦਾ ਤੇ ਕੌਮ ਦੇਖਣ ਲੱਗਦੀ ਵੀ ਪਤਾ ਨੀ ਆਹ ਬੰਦਾ ਜਿਹੜਾ ਇਹ ਕੌਮ ਦੀ ਬੇੜੀ ਨੂੰ ਕਿਸੇ ਪਾਸੇ ਲਾਊ। ਦੱਸੋ ਉਹਨਾਂ ਬੰਦਿਆਂ ਨੇ ਕੀ ਕੌਮ ਨੂੰ ਬੇੜੀ ਨੂੰ ਬੰਨੇ ਲਾਉਣਾ? ਹੁਣ ਤੁਸੀਂ ਦੇਖੋ, ਤੁਹਾਡੇ ਸਾਹਮਣੇ ਆ, ਪੇਡ ਬੰਦੇ ਆ ਉਹ ਤਾਂ, ਉਹਨਾਂ ਨੇ ਤਾਂ ਪੈਸਾ ਲੈਣਾ ਤੇ ਕੰਮ ਕਰਨਾ, ਹਨਾ। ਹੁਣ ਜਿੰਨੇ ਗਾਉਣ ਵਾਲੇ ਸੀ ਅਸੀਂ ਦੇਖਿਆ ਪੰਜਾਬ ਦੇ ਟੀਵੀ ਚੈਨਲਾਂ ਤੇ ਬਾਦਲ ਦੀਆਂ ਐਡਾਂ ਦੇ ਰਹੇ, ਨਾਲੇ ਉਹਨਾਂ ਨੂੰ ਪਤਾ ਵੀ ਨੀ, ਉਹ ਰਹਿੰਦੇ ਵਿਦੇਸ਼ਾਂ ਚ ਕਈ, ਉਹਨਾਂ ਨੂੰ ਪਤਾ ਵੀ ਨੀ ਆ ਕਿ ਪੰਜਾਬ ਚ ਕੀ ਹੋਇਆ ਕੀ ਨਹੀਂ ਹੋਇਆ। ਉਹ ਜਿਹੜੇ ਸਿਰਫ ਪੈਸਿਆਂ ਲੈ ਕੇ ਤੇ ਕਹਿ ਰਹੇ ਬਾਦਲ ਨੇ ਆਹ ਕਰਤਾ, ਬਾਦਲ ਨੇ ਆਹ ਕਰਤਾ, ਬਾਦਲ ਨੂੰ ਵੋਟ ਪਾਓ, ਕਿੰਨੇ ਗਾਉਣ ਵਾਲੇ ਅਸੀਂ ਦੇਖਿਆ, ਕਿੰਨਿਆਂ ਦੇ ਨਾਂ ਜਿਹੜੇ ਆ ਉਹ ਸਾਹਮਣੇ ਆਏ ਬਕਾਇਦਾ, ਉਹਨਾਂ ਨੇ ਜਿਹੜੇ ਗੁਣਗਾਣ ਕਰਕੇ ਤੇ ਉੱਥੇ ਜਿਹੜੇ ਹੈਗੇ ਵੋਟਾਂ, ਉਹਨਾਂ ਨੂੰ ਤੇ ਵੋਟਾਂ ਨਾਲ, ਉਹਨਾਂ ਨੂੰ ਤਾਂ ਪੈਸੇ ਨਾਲ ਮਤਲਬ। ਪਰ ਸਾਡੀ ਕੌਮ ਉੱਧਰ ਨੂੰ ਉੱਲਰ ਜਾਂਦੀ ਆ ਉਹਨਾਂ ਬੰਦਿਆਂ ਦੇ ਪਿੱਛੇ ਲਾ ਕੇ, ਕਈ ਵਾਰੀ ਅਸੀਂ ਚੰਗੇ ਬੰਦਿਆਂ ਨੂੰ ਭੰਡਣ ਲੱਗ ਪਏ। ਬਾਬਾ ਜੀ, ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧ ਰਹੇ ਹਾਂ, ਆਖਿਰ ਦੇ ਵਿੱਚ ਜਿਵੇਂ ਤੁਸੀਂ ਐਤਵਾਰ ਵਾਪਸ ਚਲੇ ਜਾਣਾ ਹੈ ਤੇ ਆਹ ਜਿਹੜੇ ਦੋ ਦਿਨ ਦੇ ਪ੍ਰੋਗਰਾਮ ਆ, ਕੱਲ੍ਹ ਇੱਕ ਤਾਂ ਮੀਟਿੰਗ ਜਿਹੜੀ ਉਹਦੇ ਬਾਰੇ ਆਖਿਰ ਦੇ ਵਿੱਚ ਦੱਸ ਦਿਓ ਸੰਗਤਾਂ ਨੂੰ ਪਹੁੰਚਣ ਵਾਸਤੇ, ਤੇ ਸ਼ਾਮ ਦਾ ਕੱਲ੍ਹ ਦਾ ਪ੍ਰੋਗਰਾਮ, ਤੇ ਜਿਹੜਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਲੀਡ ਗੁਰਦੁਆਰਾ ਵਿਖੇ ਜਿਹੜਾ ਵੱਡੇ ਘੱਲੂਗਾਰੇ ਦੇ ਸੰਬੰਧ ਵਿੱਚ ਸ਼ਹੀਦੀ ਸਮਾਗਮ ਹੋ ਰਿਹਾ, ਉਹਦੇ ਬਾਰੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸੰਗਤਾਂ ਨੂੰ ਅਪੀਲ ਕਰੋ ਕਿ। ਹਾਂ, ਦੇਖੋ, ਸਮੁੱਚੀ ਸਾਧ ਸੰਗਤ ਨੂੰ ਦਾਸ ਬੇਨਤੀ ਕਰਦਾ ਕਿ ਜਿਹੜਾ ਗਿਆਨ ਗੋਦੜੀ ਦੇ ਧਰਮ ਯੁੱਧ ਚੱਲ ਰਿਹਾ ਆਜ਼ਾਦੀ ਵਾਸਤੇ, ਉਹਦੇ 'ਚ ਆਪਣਾ ਤਨ ਮਨ ਧਨ ਦਾ ਸਹਿਯੋਗ ਦਿਓ। ਔਰ ਇਸ ਸੰਬੰਧ ਵਿੱਚ ਜਿਹੜਾ ਕੱਲ੍ਹ ਨੂੰ ਮੀਟਿੰਗ ਰੱਖੀ ਹੋਈ ਸਮੂਹ ਪੰਥਕ ਜਥੇਬੰਦੀਆਂ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਦਾਸ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਓ ਆਪਣੇ ਵਡਮੁੱਲੇ ਵਿਚਾਰ ਦਿਓ ਜਿਹੜੇ ਸਾਡਾ ਮਾਰਗ ਦਰਸ਼ਨ ਕਰਨ। ਕੱਲ੍ਹ ਨੂੰ 3 ਵਜੇ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਵਿਖੇ ਇਹ ਮੀਟਿੰਗ ਰੱਖੀ ਹੈ, ਔਰ ਰਾਤ ਨੂੰ ਜਿਹੜਾ ਹੈ ਬਾਬਾ ਸੰਘ ਵਿਖੇ ਜੋ ਗੁਰੂ ਹਰ ਰਾਏ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ ਕਾਬਲ ਦੀ ਸਿੱਖ ਸੰਗਤ ਦੇ ਵੱਲੋਂ, ਉੱਥੇ ਰੱਖਿਆ 9 ਵਜੇ ਦੇ ਕਰੀਬ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਔਰ ਪਰਸੋਂ ਦਾ ਜਿਹੜਾ ਪ੍ਰੋਗਰਾਮ ਐਤਵਾਰ ਦਾ, ਉਹ ਲੀਡ ਸਿੱਖ ਟੈਂਪਲ, ਸਿੱਖ ਟੈਂਪਲ ਚੈਪਲ ਟਾਊਨ ਲੀਡਸ ਵਿਖੇ ਜੋ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਰੱਖਿਆ ਗਿਆ ਵਾ, ਔਰ ਉੱਥੇ ਦਾਸ ਨੇ 12 ਵਜੇ ਦੇ ਕਰੀਬ ਹਾਜ਼ਰੀ ਭਰਨੀ ਹੈ। ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਨੇ ਉੱਥੇ ਪਹੁੰਚਣ, ਜੋ ਕੀਮਤੀ ਸੁਝਾਅ ਮਿਲ ਕੇ ਸੰਗਤਾਂ ਦੇ ਸਕਦੀਆਂ ਉਹ ਮਿਲ ਕੇ ਦੇਣ। ਦਾਸ ਦੀ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਧੰਨਵਾਦ ਆ ਸਮੂਹ ਸੰਗਤਾਂ ਦਾ, ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਹਮੇਸ਼ਾ ਫੋਨਾਂ ਦੇ ਰਾਹੀਂ, ਈਮੇਲਾਂ ਦੇ ਰਾਹੀਂ ਸੁਝਾਅ ਦਿੱਤੇ ਤੇ ਦੇ ਰਹੇ ਆ, ਔਰ ਜਿਨ੍ਹਾਂ ਨੇ ਆਪਣੀ ਦਸਵੰਧ ਦੇ ਵਿੱਚੋਂ ਸਹਿਯੋਗ ਦਿੱਤਾ, ਦਾਸ ਉਹਨਾਂ ਦਾ ਧੰਨਵਾਦ ਕਰਦਾ ਔਰ ਨਾਲ ਹੀ ਬੇਨਤੀ ਕਰਦਾ, ਸੰਘਰਸ਼ ਜਾਰੀ ਆ, ਤੁਹਾਡੇ ਸਹਿਯੋਗ ਦੀ ਲੋੜ ਹੈ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਕਰਾਉਣਾ, ਉਹਦੇ ਵਾਸਤੇ ਭਾਵੇਂ ਜਿਵੇਂ ਨਨਕਾਣਾ ਸਾਹਿਬ ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਪਾ ਕੇ ਯਾਦ ਕਰਾਇਆ, ਭਾਵੇਂ ਸ਼ਹਾਦਤਾਂ ਹੁਣ ਦਾਸ ਸਮਝਦਾ ਇਹ ਵੱਡੇ ਭਾਗਾਂ ਦੀ ਗੱਲ ਹੈ, ਭਾਗਾਂ ਤੋਂ ਬਿਨਾਂ ਤੇ ਸ਼ਹਾਦਤ ਵੀ ਪ੍ਰਾਪਤ ਨਹੀਂ ਹੁੰਦੀ। ਸੱਚੇ ਪਾਤਸ਼ਾਹ ਰਹਿਮਤ ਕਰਨ, ਜੇ ਸਤਿਗੁਰ ਦੇ ਲੇਖੇ ਸਰੀਰ ਲੱਗ ਜਾਵੇ ਤੇ ਦਾਸ ਧੰਨ ਭਾਗ ਸਮਝੂਗਾ। ਗਿਆਨ ਗੋਦੜੀ ਆਜ਼ਾਦ ਕਰਾਉਣਾ, ਉਹਦੇ ਵਾਸਤੇ ਸੰਗਤਾਂ ਦੇ ਸਹਿਯੋਗ ਦੀ ਲੋੜ ਹੈ, ਸਮੂਹ ਸੰਗਤਾਂ ਸਹਿਯੋਗ ਦਿਓ। ਤੇ ਸਿੱਖ ਚੈਨਲ ਦਾ ਵੀ ਦਾਸ ਧੰਨਵਾਦ ਕਰਦਾ ਜਿਨ੍ਹਾਂ ਨੇ ਉਹ ਸਾਰੇ ਪ੍ਰੋਗਰਾਮਾਂ ਨੂੰ ਲਾਈਵ ਇੱਥੇ ਦਿਖਾਇਆ, ਸਮੁੱਚੇ ਸਟਾਫ ਦਾ, ਮਾਲਕਾਂ ਦਾ, ਤੇ ਸਿੱਖ ਸੰਗਤਾਂ ਜਿਹੜੀਆਂ ਸਿੱਖ ਚੈਨਲ ਨੂੰ ਵੀ ਸਹਿਯੋਗ ਕਰ ਰਹੀਆਂ ਔਰ ਕਰਨ, ਕਿਉਂਕਿ ਇਹ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਚੈਨਲ ਜਿਹੜਾ ਉਹ ਚੱਲ ਰਿਹਾ। ਸੰਗਤਾਂ ਸਹਿਯੋਗ ਕਰਨ, ਔਰ ਜਿਹੜੀਆਂ ਵੀ ਗੱਲਾਂ ਪੰਜਾਬ ਵਿੱਚ ਵਾਪਰਦੀਆਂ ਜੇ ਪੰਜਾਬ ਦੇ ਲੋਕਾਂ ਨਾਲੋਂ ਪਹਿਲਾਂ ਸਿੱਖ ਚੈਨਲ ਇੱਥੇ ਸੰਗਤਾਂ ਨੂੰ ਦਿਖਾ ਦਿੰਦਾ ਤੇ ਦਾਸ ਉਹਨਾਂ ਦਾ ਵੀ ਧੰਨਵਾਦ ਕਰਦਾ। ਔਰ ਪੂਰੇ ਯੂਰਪ 'ਚ ਜਿਹੜੀਆਂ ਸੰਗਤਾਂ ਸੁਣ ਰਹੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਔਰ ਸੰਗਤਾਂ ਜਿਨ੍ਹਾਂ ਨੇ ਆਪਣੇ ਦਸਵੰਧ 'ਚੋਂ ਸਹਿਯੋਗ ਦਿੱਤਾ, ਦਾਸ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਇੰਗਲੈਂਡ 'ਚ ਵੱਸਦੇ ਸਿੱਖਾਂ ਦਾ, ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ, ਸਾਰਿਆਂ ਦਾ ਦਾਸ ਧੰਨਵਾਦ ਕਰਦਾ ਤੇ ਬੇਨਤੀ ਵੀ ਕਰਦਾ। ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੇ ਕੱਲ੍ਹ ਨਾ ਵੀ ਆ ਸਕਣ, ਦਾਸ ਦਾ ਸਾਰਿਆਂ ਨੂੰ ਕਹਿੰਦਾ ਹੁਣ, ਪਰ ਜਿਹੜੇ ਨਾ ਵੀ ਆ ਸਕਣ, ਉਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜ਼ਰੂਰ ਬੇਨਤੀ ਕਰਨ, 20 ਤਰੀਕ ਤੋਂ ਪਹਿਲਾਂ ਲਿਖਤੀ ਰੂਪ ਦੇ ਅੰਦਰ ਈਮੇਲ ਭੇਜਣ, ਫੈਕਸ ਭੇਜਣ, SGPC ਦੀ ਵੈਬਸਾਈਟ ਤੋਂ ਜਥੇਦਾਰ ਸਾਹਿਬ ਦਾ ਫੋਨ ਨੰਬਰ ਔਰ ਜਥੇਦਾਰ ਸਾਹਿਬ ਦੀ ਜਿਹੜਾ ਫੈਕਸ ਨੰਬਰ ਆ ਉਹ ਮਿਲ ਸਕਦਾ ਵਾ SGPC ਵੈਬਸਾਈਟ ਤੋਂ, ਤੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਨ ਕਿ ਉਹ ਇੱਧਰ ਨੂੰ ਜ਼ਰੂਰ ਖਿਆਲ ਕਰਨ ਤੇ ਇਸ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਜਿਹੜਾ
ਜਿਹੜਾ ਹੈ ਕੌਮ ਦੀ ਅਗਵਾਈ ਕਰਨ। ਦਾਸ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਕੱਲ ਨੂੰ ਜ਼ਰੂਰ ਸੰਗਤਾਂ 3 ਵਜੇ ਤਕਰੀਬਨ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਵਿਖੇ ਪਹੁੰਚਣ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ। ਅੱਜ ਇਸ ਪ੍ਰੋਗਰਾਮ ਤੋਂ ਬਾਅਦ 1-2 ਪ੍ਰੋਗਰਾਮ ਅਟੈਂਡ ਕਰਕੇ ਦਾਸ ਵਾਪਸ ਚਲੇ ਜਾਣਾ, ਫਿਰ ਜਦੋਂ ਵੀ ਕਦੇ ਸਮਾਂ ਬਣਿਆ ਨਦੀ ਨਾਵ ਸੰਜੋਗੀ ਮੇਲੇ ਜ਼ਿੰਦਗੀ ਰਹੀ ਤਾਂ ਸੰਗਤਾਂ ਦੇ ਫਿਰ ਦਰਸ਼ਨ ਦਿਦਾਰੇ। ਬਾਬਾ ਜੀ ਧੰਨਵਾਦੀ ਹਾਂ ਤੁਹਾਡੇ ਜੋ ਤੁਸੀਂ ਆਪਣੇ ਬੜੇ ਮੁੱਲੇ ਵਿਚਾਰ ਦਿੱਤੇ ਆ। ਦਾਸ ਆਪਣੇ ਵੱਲੋਂ ਸਿੱਖ ਚੈਨਲ ਵੱਲੋਂ ਪ੍ਰੋਗਰਾਮ ਦਿੰਦਿਆਂ ਕੋਈ ਵਿਚਾਰ ਕਿਸੇ ਦੇ ਖਿਲਾਫ਼ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ਼ ਬੋਲਿਆ ਗਿਆ ਹੋਵੇ, ਪਰ ਉਹਨਾਂ ਲੋਕਾਂ ਦੇ ਨਹੀਂ ਜਿਹਨਾਂ ਨੇ ਮਤਲਬ ਪੰਥ ਦਾ ਨੁਕਸਾਨ ਕੀਤਾ, ਕੋਈ ਪੰਥਕ ਦਰਦੀ ਨੂੰ ਕਿਸੇ ਗੱਲ ਦੀ ਇਹ ਠੇਸ ਪਹੁੰਚੀ ਹੋਵੇ ਤਾਂ ਅਸੀਂ ਖਿਮਾ ਦੇ ਜਾਚਕ ਹਾਂ, ਕਿਉਂਕਿ ਵਿਚਾਰ ਆਪੋ ਆਪਣੇ ਹੁੰਦੇ ਹਨ। ਸਿੱਖ ਜਿਹੜੇ ਚੈਨਲ ਦੇ ਵਿਚਾਰ ਉਹ ਕਿਸੇ ਦੇ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ, ਪਰ ਜੋ ਸਾਡਾ ਕੰਮ ਹੈ, ਜੋ ਸਾਡਾ ਫਰਜ਼ ਹੈ ਮੀਡੀਏ ਦਾ, ਲੋਕਾਂ ਤੱਕ ਗੱਲ ਪਹੁੰਚਾਉਣੀ, ਅਵੇਅਰਨੈਸ ਲਿਆਉਣੀ, ਇਹ ਸਾਡਾ ਫਰਜ਼ ਹੈ। ਸੋ ਅਸੀਂ ਉਹ ਆਪਣੇ ਤਰੀਕੇ ਦੇ ਨਾਲ ਕਰ ਰਹੇ ਹਾਂ। ਸੋ ਧੰਨਵਾਦੀ ਹਾਂ ਅਤੇ ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।